ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਾਬ ਲਲਿਤ ਕਲਾ ਅਕੈਡਮੀ ਦੇ ਵੀਡੀਓ ਇੰਟਰਵਿਊਜ਼ ਦੇ ਵਿੱਚ ਅੱਜ ਅਸੀਂ ਚਰਨਜੀਤ ਸਿੰਘ ਦਾ ਇੰਟਰਵਿਊ ਕਰਾਂਗੇ। ਚਰਨਜੀਤ ਸਿੰਘ ਚੰਡੀਗੜ੍ਹ ਕਾਲਜ ਆਫ ਆਰਟ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਇਨ ਸਕਲਪਚਰ ਡਿਪਾਰਟਮੈਂਟ ਨੇ ਕਰੰਟਲੀ, ਐਂਡ ਇਹ ਪਟਿਆਲੇ ਤੋਂ ਨੇ, ਐਂਡ ਇਹਨਾਂ ਨੇ ਆਪਣੀ ਪੜ੍ਹਾਈ ਬੈਚਲਰਸ ਗਵਰਨਮੈਂਟ ਕਾਲਜ ਆਫ ਆਰਟ ਚੰਡੀਗੜ੍ਹ ਤੋਂ ਕੀਤੀ ਐਂਡ ਮਾਸਟਰਸ MSU ਯੂਨੀਵਰਸਿਟੀ ਬੜੌਦਾ। ਐਂਡ ਇਹਨਾਂ ਦਾ ਜਿਹੜਾ ਵਰਕ ਹੈ ਉਹ ਮਲਟੀ ਡਿਸਿਪਲਿਨਰੀ ਅਪਰੋਚ ਦੇ ਵਿੱਚ ਫੋਲ ਕਰਦਾ ਹੈ, ਜਿੱਥੇ ਇਹ ਕਨਵੈਨਸ਼ਨਲ ਸਕਲਪਚਰ ਨੂੰ ਛੱਡ ਕੇ, ਟ੍ਰੈਡੀਸ਼ਨਲ ਸਕਲਪਚਰ ਨੂੰ ਛੱਡ ਕੇ, ਨਵੇਂ ਤਰੀਕੇ ਦੇ ਨਾਲ ਨਵਾਂ ਮਟੀਰੀਅਲ ਯੂਜ ਕਰਕੇ ਓਬਜੈਕਟਸ ਕ੍ਰੀਏਟ ਕਰਦੇ ਨੇ, ਐਂਡ ਪਬਲਿਕ ਆਰਟ ਦੇ ਵਿੱਚ ਪਬਲਿਕ ਆਰਟ ਇੰਸਟਾਲੇਸ਼ਨਸ ਐਂਡ ਪਰਫੋਰਮੈਂਸ ਬੇਸਡ ਵਰਕਸ ਕਰਦੇ ਨੇ। ਇਹਨਾਂ ਦੇ ਜਿਹੜੇ ਵਰਕਸ ਨੇ ਅਕਸਰ ਉਹ ਸੋਸ਼ਲ ਔਰ ਪੋਲੀਟੀਕਲੀ ਉਹ ਚਾਰਜਡ ਹੁੰਦੇ ਨੇ। ਵੈਲਕਮ ਚਰਨਜੀਤ ਜੀ, ਥੈਂਕ ਯੂ ਸੋ ਮਚ। ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਤੁਸੀਂ ਕਰੰਟਲੀ ਕੀ ਕਰ ਰਹੇ ਹੋ? ਕਰੰਟਲੀ ਜੋ ਮੇਰੇ ਕੰਮ ਨੇ ਉਹ ਉਹਨਾਂ ਵਿੱਚ ਜੋ ਮਟੀਰੀਅਲ ਹੈ, ਮੈਂ ਕਹਾਂਗਾ ਕਿ ਉਹ ਮੈਨੂੰ ਬਹੁਤ ਰਿਪ੍ਰਜੈਂਟ ਕਰ ਰਹੇ ਨੇ। ਜੋ ਮਟੀਰੀਅਲ ਬਹੁਤ ਇੱਕ ਫਰਕ ਆਇਆ ਹੈ, ਬਹੁਤ ਚੇਂਜ ਆਇਆ ਹੈ ਮਟੀਰੀਅਲ ਵਿੱਚ। ਖਾਸ ਕਰ ਜੇ ਮੈਂ ਕਹਾਂ ਕਿ ਕੁਛ ਖਾਸ ਜਿਵੇਂ ਐਸ਼ ਯੂਜ਼ ਕੀਤੀ ਹੈ ਮੈਂ ਕੰਮ ਵਿੱਚ, ਉਹ ਮੈਂ ਖੇਤਾਂ ਵਿੱਚ ਗਿਆ, ਉੱਥੋਂ ਕਲੈਕਟ ਕਰਕੇ ਲਿਆਇਆ। ਅਤੇ ਇੱਕ ਹੋਰ ਕੰਮ ਵਿੱਚ ਜਿਹੜੇ ਮੈਂ ਕੀਰਿੰਗਸ ਯੂਜ਼ ਕੀਤੇ ਨੇ, ਉਹ ਕੀਰਿੰਗਸ ਵੀ ਮੈਂ ਇੱਦਾਂ ਨਹੀਂ ਯੂਜ਼ ਕਰ ਲਏ, ਜੋ ਉਹ ਮੈਂ ਪੂਰੇ ਪੰਜਾਬ ਦੇ ਫੇਅਰਸ ਵਿੱਚ ਗਿਆ, ਲੋਕਲ ਫੇਅਰਸ ਵਿੱਚ, ਡਿਫਰੈਂਟ ਸਿਟੀਜ਼ ਔਫ ਪੰਜਾਬ। ਅਤੇ ਆਈ ਵਾਸ ਅਮਿਊਜ਼ ਕਿ ਕਾਫੀ ਜਗ੍ਹਾ ਵਿੱਚ ਉਹ ਜਿਹੜੇ ਕੀਰਿੰਗਸ ਨੇ ਜੋ ਜਾਤਾਂ ਦੇ ਛੱਲੇ ਨੇ, ਅਲੱਗ ਅਲੱਗ ਜਾਤਾਂ ਪੰਜਾਬ ਦੀਆਂ, ਅਤੇ ਉਹਨਾਂ ਦੇ ਉੱਤੇ ਛੱਲੇ ਬਣਾਏ ਜਾਂਦੇ ਨੇ ਉਹ, ਅਤੇ ਮੈਂ ਉਹਨਾਂ ਨੂੰ ਕਲੈਕਟ ਕਰਦਾ ਗਿਆ। ਅਤੇ ਮੇਰੇ ਕੰਮ ਵਿੱਚ ਬੇਸਿਕਲੀ ਹੁਣ ਜੋ ਕੰਮ ਕਰ ਰਿਹਾ ਮੈਂ ਪ੍ਰੋਸੈਸ ਬੇਸਡ ਨੇ, ਅਤੇ ਇਹਨਾਂ ਵਿੱਚ ਮੈਂ ਸਰਵੇ ਬਹੁਤ ਕਰਦਾ ਕੰਮ ਦੀ ਐਗਜੀਕਿਊਸ਼ਨ ਤੋਂ ਪਹਿਲਾਂ। ਕੋਈ ਵੀ ਕੋਨਸੈਪਟ ਤਿਆਰ ਹੁੰਦਾ ਤਾਂ ਉਹਦੇ ਵਿੱਚ ਮੈਨੂੰ ਥੋੜ੍ਹਾ ਸਰਵੇ ਵੀ ਕਰਨਾ ਪੈਂਦਾ, ਡਾਕੂਮੈਂਟੇਸ਼ਨਸ ਕਰਨੀ ਪੈਂਦੀਆਂ, ਅਤੇ ਉਹਦੇ ਅਕੋਰਡਿੰਗਲੀ ਫਿਰ ਫੋਰਮ ਅਤੇ ਜੋ ਉਹਦੀ ਤਿਆਰੀ ਹੋਣੀ ਹੈ ਉਹਦੇ ਅਕੋਰਡਿੰਗ ਹੁੰਦੀ ਹੈ। ਤਾਂ ਜੋ ਕੀਰਿੰਗਸ ਨੇ ਫਿਰ ਉਹ ਡਿਫਰੈਂਟ ਜਗ੍ਹਾ ਘੁੰਮ ਕੇ, ਘੱਟੋ ਘੱਟ ਇੱਕ ਮਹੀਨਾ ਲੱਗ ਸਕਦਾ ਹੈ, ਹੋਰ ਵੀ ਜ਼ਿਆਦਾ ਟਾਈਮ ਲੱਗਿਆ। ਉਹਦੇ ਵਿੱਚ ਫਿਰ ਮੈਂ ਕਲੈਕਟ ਕੀਤੇ ਅਪਰੋਕਸੀਮੇਟਲੀ 300 ਕੀਰਿੰਗਸ ਮੈਂ ਕਲੈਕਟ ਕੀਤੇ। ਕਲੈਕਟ ਕਰਨ ਤੋਂ ਬਾਅਦ ਜਦੋਂ ਮਟੀਰੀਅਲ ਤੁਹਾਡੇ ਕੋਲ ਆ ਜਾਂਦਾ, ਫਿਰ ਤੁਹਾਡੀ ਅਸਲ 'ਚ ਜੋ ਵਿਜੂਅਲ ਐਕਸਪਲੋਰੇਸ਼ਨਸ ਹੈ ਜਾਂ ਵਿਜੂਅਲ ਫੋਰਮਸ ਨੇ, ਉਹ ਉਸਦੀ ਲੜਾਈ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਵਾਂਸ ਯੂ ਕਲੈਕਟ ਯੂਰ ਮਟੀਰੀਅਲ, ਦੈਨ ਉਸ ਤੋਂ ਬਾਅਦ ਤੁਹਾਡੀ ਅਸਲੀ ਲੜਾਈ ਸ਼ੁਰੂ ਹੁੰਦੀ ਹੈ ਕਿ ਕਿੱਦਾਂ ਉਸਨੂੰ ਐਗਜ਼ੀਕਿਊਟ ਕਰਨਾ ਅਤੇ ਉਹ ਕਿੱਦਾਂ ਇੰਪੈਕਟਫੁਲ ਰਹੇਗਾ ਵਿਜੂਅਲੀ। ਅਤੇ ਹਾਂਜੀ, ਪਹਿਲਾ ਸਟੇਜ ਇਹ ਹੁੰਦੀ ਹੈ ਕਿ ਮਟੀਰੀਅਲ ਕਿੱਦਾਂ ਆਏਗਾ। ਅਤੇ ਮੇਰਾ ਜੋ ਮੇਰਾ ਸਮਝਣਾ ਹੈ ਕਿ ਅੱਜ ਦਾ ਆਰਟਿਸਟ ਉਹ ਸਿਰਫ ਫੋਰਮ ਦੇ ਹਿਸਾਬ ਨਾਲ ਨਹੀਂ, ਆਪਣੇ ਆਪ ਨੂੰ ਮਟੀਰੀਅਲ ਦੇ ਹਿਸਾਬ ਨਾਲ ਵੀ ਰਿਪ੍ਰੈਜ਼ੈਂਟ ਕਰਦਾ। ਮਟੀਰੀਅਲ ਬਹੁਤ ਇੰਪੋਰਟੈਂਟ, ਇਕੁਅਲੀ ਇੰਪੋਰਟੈਂਟ ਹੈ ਅੱਜ ਦੇ ਟਾਈਮ ਵਿੱਚ ਬੰਦਾ, ਰਾਈਟ? ਅਤੇ ਕੇਅਰਿੰਗਸ ਦੇ ਕੰਮ ਤੋਂ, ਅਤੇ ਜੋ ਸਟਬਲ ਐਸ਼ ਯੂਜ਼ ਕੀਤੀ ਹੈ ਕੰਮ ਵਿੱਚ, ਸਟਬਲ ਐਸ਼, ਅਤੇ ਇਹ ਦੋ ਕੰਮ 'ਚ ਕਾਫੀ ਮੇਰੇ ਮੈਨੂੰ ਸਮਝਣ ਦਾ ਮੌਕਾ ਮਿਲਿਆ ਆਪਣੇ ਆਪ ਨੂੰ ਕਿ ਅਸਲ ਵਿੱਚ ਜੋ ਵਰਤਾਰਾ ਹੋ ਰਿਹਾ, ਜੋ ਕੰਟੈਂਪਰੇਰੀ ਫੀਲਡ ਵਿੱਚ ਸਾਡੇ ਆਸ ਪਾਸ ਜੋ ਹੋ ਰਿਹਾ, ਅਸੀਂ ਉਸਨੂੰ ਸਿਰਫ ਕਨਵੈਨਸ਼ਨਲ ਸਕਲਪਚਰਸ ਨਾਲ ਜਾਂ ਕਨਵੈਨਸ਼ਨਲ ਫੋਰਮ ਆਫ ਆਰਟ ਵਰਕ ਨਾਲ ਨਹੀਂ ਦਿਖਾ ਸਕਦੇ। ਅੱਜ ਦਾ ਜੋ ਸਮਾਂ ਹੈ, ਇਟਸ ਵੈਰੀ ਚੈਲੇਂਜਿੰਗ ਟਾਈਮ, ਇਟਸ ਵੈਰੀ ਚੈਲੇਂਜਿੰਗ ਟਾਈਮ, ਅਤੇ ਇਸ ਨੂੰ ਰਿਪ੍ਰਜੈਂਟ ਕਰਨ ਲਈ ਬਹੁਤ ਸਾਨੂੰ ਅਲੱਗ ਅਲੱਗ ਡਾਇਮੈਂਸ਼ਨਸ ਯੂਜ਼ ਕਰਨੀਆਂ ਪੈ ਸਕਦੀਆਂ, ਅਤੇ ਕਰ ਵੀ ਰਹੇ ਨੇ ਆਰਟਿਸਟ, ਯੂਜ਼ ਕਰ ਵੀ ਰਹੇ ਨੇ। ਕਾਫੀ ਆਰਟਿਸਟਾਂ
ਸਕਲਪਚਰਸ ਨਾ ਕਰਕੇ ਨਾਲ ਬਹੁਤ ਕੁਛ ਵੀਡੀਓ ਸਾਊਂਡ ਐਂਡ ਮੈਨੀ ਮੋਰ ਥਿੰਗਸ ਉਹ ਕੰਬਾਈਨ ਕਰਦੇ ਨੇ ਕਿ ਕੰਮ ਵੀ ਤਾਂ ਹੀ ਇੱਕ ਮਲਟੀ ਲੇਅਰਡ ਆਸਪੈਕਟ ਨਾਲ ਨਿਕਲਦਾ ਅਤੇ ਤੁਹਾਨੂੰ ਇੱਕ ਨਵੀਂ ਡਾਇਮੈਂਸ਼ਨਸ ਪ੍ਰੋਵਾਈਡ ਕਰਦਾ ਵਿਊਵਰਸ ਨੂੰ। ਤੁਸੀਂ ਜਿਵੇਂ ਕਿਹਾ ਤੁਸੀਂ ਫੇਅਰਸ 'ਤੇ ਘੁੰਮ ਕੇ ਛੱਲੇ ਕਲੈਕਟ ਕੀਤੇ, ਐਸ਼ਸ ਕਲੈਕਟ ਕੀਤੇ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਇਹ ਵਰਕਸ ਦੇ ਥਰੂ, ਕਿਸ ਫੋਰਮੈਟ ਵਿੱਚ ਨੇ ਤੁਹਾਡੇ ਵਰਕਸ? ਇਹ ਫੋਰਮੈਟਸ ਇਹ ਡਿਪੈਂਡ ਕਰਦਾ ਕਿ ਪਹਿਲਾਂ ਮੇਰਾ ਕੋਨਸੈਪਟ ਕਿਆ ਹੈ, ਕੋਨਸੈਪਟ ਪਹਿਲਾਂ ਮੈਂ ਡਿਸਾਈਡ ਕਰਦਾ। ਹੁਣ ਇਹ ਕੰਮ ਜ਼ਰੂਰੀ ਨਹੀਂ ਸੀ ਕਿ 3 ਡਾਇਮੈਂਸ਼ਨਲ ਨਿਕਲਣ, ਬੇਸਿਕ ਜੋ ਫੋਰਮ ਸੀ ਉਹ 2 ਡਾਇਮੈਂਸ਼ਨ ਆਈਏ, ਉਹ ਇੱਕ ਸਰਫਿਸ 'ਤੇ ਆਈਏ, ਕਿਉਂਕਿ ਜੋ ਛੱਲੇ ਸੀਗੇ ਉਹ ਮੈਂ ਹੈਂਗ ਵੀ ਕਰ ਸਕਦਾ ਸੀ ਜਾਂ ਕਿਸੇ ਹੋਰ ਫੋਰਮਸ ਨਾਲ ਵੀ ਉਹਨੂੰ ਲਗਾ ਸਕਦਾ ਸੀ, ਬਟ ਮੈਨੂੰ ਇੱਕ ਸਰਕੂਲਰ ਫੋਰਮ ਵੀ ਚਾਹੀਦੀ ਸੀ ਅਤੇ ਜੋ ਇੱਕ ਡੋਟ ਨੂੰ ਰਿਪ੍ਰਜੈਂਟ ਕਰਦੀ ਹੈ, ਉਹ ਡੋਟ ਨੂੰ ਰਿਪ੍ਰਜੈਂਟ ਕਰਨ ਲਈ ਮੈਨੂੰ 2 ਡਾਇਮੈਂਸ਼ਨ ਸਰਫੇਸ 'ਤੇ ਆਉਣਾ ਪਿਆ। ਅਤੇ ਮੈਂ ਉਸਦੇ ਲਈ ਤਿਆਰ ਸੀ ਕਿ ਜ਼ਰੂਰੀ ਨਹੀਂ ਹੈ ਕਿ ਹਰ ਕੰਮ 3 ਡਾਇਮੈਂਸ਼ਨਲ ਨਿਕਲੇ, ਜਾਂ ਕਿ ਮੈਂ ਸਕਲਪਚਰ 'ਚ ਹਾਂ ਇੱਕ ਸਕਲਪਟਰ ਹਾਂ ਅਤੇ ਮੈਨੂੰ ਸਕਲਪਚਰ ਹੀ ਬਣਾਉਣਾ, ਇੱਦਾਂ ਕੋਈ ਰਿਸਟ੍ਰਿਕਸ਼ਨ ਨਹੀਂ ਰੱਖਦਾ ਆਪਣੇ ਆਪ 'ਤੇ। ਤਾਂ ਅਕੋਰਡਿੰਗ ਟੂ ਕੋਨਸੈਪਟ ਮੇਰੇ ਕੰਮ ਫੋਰਮਸ ਚੇਂਜ ਕਰਦੇ ਰਹਿੰਦੇ ਨੇ। ਤਾਂ ਇਹਨਾਂ ਕੰਮਾਂ ਵਿੱਚ ਫਿਰ ਮੈਂ ਬੇਸਿਕਲੀ 2 ਡਾਇਮੈਂਸ਼ਨ 'ਚ ਜ਼ਿਆਦਾ ਰੱਖਿਆ। ਇੱਕ ਕੰਮ ਜੋ ਸਰਵਿੰਗ ਫੀਲਡਸ ਹੈ ਉਹਦੇ ਵਿੱਚ ਆਈ ਹੈਵ ਯੂਜ਼ਡ ਅ ਟ੍ਰੇ, ਸਰਵਿੰਗ ਟ੍ਰੇ, ਜਿਹਦੇ ਸੈਂਟਰ ਵਿੱਚ ਕੁਛ ਫੀਲਡਸ ਨੇ। ਇੱਕ ਬਰਡ ਆਈ ਵਿਊ ਤੋਂ ਲਏ ਗਏ ਸੀਨ ਜੋ ਜਿਸ ਵਿੱਚ ਖੇਤ ਦੇ ਕੁਛ ਸੀਨ ਨੇ, ਉਹ ਮੈਨੂੰ ਵਾਕਈ 3 ਡਾਇਮੈਂਸ਼ਨ 'ਚ ਮੈਨੇ ਵੱਡੀ ਥਾਲ ਬਣਾਈ ਹੈ ਲੱਕੜ ਦੀ, ਜੋ ਯੂਜੁਅਲੀ ਉਹ 3 ਫੁੱਟ ਦੀ ਥਾਲੀ ਹੈ। ਓਕੇ, ਉਹ ਵੀ ਤੁਸੀਂ ਆਪ ਬਣਾਈ? ਹਾਂਜੀ। ਓਕੇ, ਅਤੇ ਉਹਦੇ ਵਿੱਚ ਨਹੀਂ ਮੈਂ ਕੁਛ ਹੈਲਪ ਵੀ ਲਈ ਉਹਦੇ ਵਿੱਚ ਟੈਕਨੀਸ਼ੀਅਨਸ ਦੀ, ਬਟ ਫਿਰ ਮੈਂ ਉਹਦੇ ਵਿੱਚ ਐਸ਼ ਯੂਜ਼ ਕਰਕੇ, ਸਟਬਲ ਐਸ਼ ਯੂਜ਼ ਕਰਕੇ ਫਿਰ ਮੈਨੇ ਉਹ ਜੋ ਫੀਲਡਸ ਨੇ ਉਹਨਾਂ ਨੂੰ ਬਣਾਇਆ। ਅਤੇ ਉਹਦੇ ਵਿੱਚ ਇੰਟਰਸਟਿੰਗਲੀ ਜੋ ਹੈਂਡਲਸ ਨੇ ਜਿੱਥੋਂ ਅਸੀਂ ਚੱਕਦੇ ਹਾਂ ਉੱਥੋਂ ਮੈਨੇ ਫਿਰ ਮੈਨੇ ਜੋ ਕੰਡੇ ਹੁੰਦੇ ਨੇ ਬੁਗਨੀ ਵੇਲ ਦੇ, ਉਹ ਕੰਡੇ ਯੂਜ਼ ਕੀਤੇ ਮੈਨੇ ਅਲੱਗ ਅਲੱਗ ਯੂਜ਼ ਕੀਤੇ। ਤੁਸੀਂ ਉਹਨੂੰ ਚੱਕ ਨਹੀਂ ਸਕਦੇ? ਹਾਂਜੀ, ਕਿਉਂਕਿ ਇਟਸ ਰੀਅਲੀ ਟਫ ਫੋਰ ਫਾਰਮਰਸ, ਕਿਉਂਕਿ ਉਹ ਵੀ ਮੈਂ ਕਹਿ ਸਕਦਾ ਹੈਲਪਲੈਸ ਨੇ ਇਸ ਸਿਚੁਏਸ਼ਨ ਵਿੱਚ। ਸਰਵਿੰਗ ਟ੍ਰੇ ਕੀ ਡਿਫਾਈਨ ਕਰਦੀ ਹੈ ਕਿ ਅਸੀਂ ਵਟ ਵੀ ਆਰ ਸਰਵਿੰਗ ਟੂ ਦਾ ਨੇਸ਼ਨ ਐਟ ਦਿਸ ਟਾਈਮ। ਉਹ ਅਸੀਂ ਬਹੁਤ ਹੀ ਟਫ ਸਿਚੁਏਸ਼ਨ ਹੈ, ਅਸੀਂ ਸਾਡੇ ਜੋ ਖੇਤ ਸੀਗੇ ਉਹ ਗ੍ਰੀਨ ਤੋਂ ਬਲੈਕ ਹੋ ਗਏ ਨੇ, ਉਹ ਜੋ ਬਲੈਕ ਕਲਰ ਆਇਆ ਹੈ ਇਹ ਜਰਨੀ ਬਹੁਤ ਲੰਬੀ ਹੈ। ਅਸੀਂ ਕਹਿੰਦੇ ਸੀ ਗ੍ਰੀਨ ਰੈਵੋਲਿਊਸ਼ਨ ਸ਼ੁਰੂ ਹੋਈ ਹੈ, ਬਟ ਉਹ ਗ੍ਰੀਨ ਰੈਵੋਲਿਊਸ਼ਨ ਅਸਲ ਵਿੱਚ ਅਸੀਂ ਐਕਸਪਲੋਇਟੇਸ਼ਨ ਹੀ ਕੀਤੀ ਹੈ ਮਿੱਟੀ ਦੀ। ਵੀ ਹੈਵ ਪ੍ਰੋਡਿਊਸਡ ਮੋਰ ਦੈਨ 3 ਤੋਂ 4 ਕ੍ਰੋਪਸ ਇਨ ਅ ਈਅਰ, ਜਦੋਂ ਕਿ ਪਹਿਲਾਂ ਅਸੀਂ 1-2 ਹੀ ਕਰਦੇ ਸੀ ਜਾਂ 2-3 ਕਰਦੇ ਸੀ। ਅਤੇ ਕਿਸਾਨ ਕੋਲ ਇੰਨਾ ਵੀ ਸਮਾਂ ਨਹੀਂ ਬਚਿਆ ਕਿ ਉਹ ਆਪਣੀ ਜ਼ਮੀਨ ਨੂੰ ਥੋੜ੍ਹੀ ਦੇਰ ਛੱਡ ਸਕੇ, ਤਾਂ ਉਸਨੂੰ ਫਿਰ ਜ਼ਬਰਦਸਤੀ ਉਹ ਜਲਾਉਣੀ ਪੈ ਰਹੀ ਹੈ ਸਟੇਬਲ, ਸੋ ਦੈਟ ਉਹ ਹੀ ਕੈਨ ਪ੍ਰਿਪੇਅਰ ਦ ਫੀਲਡ ਫੋਰ ਦ ਨੈਕਸਟ ਕ੍ਰੋਪ। ਹਾਊ ਡੂ ਯੂ, ਤੁਸੀਂ ਆਪਣੇ ਸਬਜੈਕਟ ਮੈਟਰ 'ਤੇ ਕਿਵੇਂ ਪਹੁੰਚਦੇ ਹੋ? ਜਿਵੇਂ ਤੁਸੀਂ ਹੁਣ ਸਰਵਿੰਗ ਫੀਲਡਸ ਕਰ ਰਹੇ ਹੋ, ਹੁਣ ਤੁਸੀਂ ਵਰਕ ਕੀਤਾ ਸਰਵਿੰਗ ਫੀਲਡਸ, ਤੁਸੀਂ ਗੱਲ ਕਰ ਰਹੇ ਹੋ ਫਾਰਮਰਸ ਦੀ, ਤੁਸੀਂ ਗੱਲ ਕਰ ਰਹੇ ਹੋ ਐਗਰੀਕਲਚਰ ਦੀ, ਤੁਸੀਂ ਗੱਲ ਕਰ ਰਹੇ ਹੋ ਇਨਵਾਇਰਮੈਂਟ ਦੀ, ਬਾਇਓਡਾਇਵਰਸਿਟੀ ਦੀ, ਤੁਸੀਂ ਇੱਥੇ ਤੱਕ ਤੁਹਾਡੀ ਜਿਹੜੀ ਜਰਨੀ ਆਈ ਹੈ, ਇਸ ਤੋਂ ਪਹਿਲਾਂ ਕੀ ਤੁਹਾਡੀ ਸੋਚ ਵਿਚਾਰਧਾਰਾ ਕੀ ਰਹੀ ਹੈ ਕਿ ਤੁਸੀਂ ਇਹ ਕੰਮ ਕੀਤੇ ਨੇ? ਹੁਣ ਇਸ ਤੋਂ ਪਹਿਲਾਂ ਦੇ ਵਰਕਸ ਬਾਰੇ ਕੁਛ ਦੱਸੋ। ਜੋ ਮੇਰੇ ਜਰਨੀ ਕਹਿ ਸਕਦਾ ਜੋ ਸਟਾਰਟਿੰਗ ਹੋਈ ਹੈ ਮੇਰੇ ਆਰਟ ਫੀਲਡ ਵਿੱਚ, ਓਬਜੈਕਟਸ ਹਮੇਸ਼ਾ ਤੋਂ ਮੇਰੇ ਕੰਮ ਵਿੱਚ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਜਾਂ ਤਾਂ ਮੈਂ ਉਹਨਾਂ ਨੂੰ ਕਨਵਰਟ ਕਰਦਾ ਰਿਹਾ ਜਾਂ ਮੈਂ ਬਣਾ ਰਿਹਾ ਓਬਜੈਕਟਸ ਨੂੰ। ਤਾਂ ਮੈਂ ਕਹੂੰਗਾ ਕਿ ਜਦੋਂ MFA ਵਿੱਚ ਜਦੋਂ ਮੈਂ ਗੁਜਰਾਤ ਤੋਂ ਕੀਤੀ, ਤਾਂ ਉਦੋਂ ਮੇਰੇ ਕੰਮਾਂ ਵਿੱਚ ਓਬਜੈਕਟਸ ਸਿੱਧੇ ਰੂਪ ਵਿੱਚ ਨਹੀਂ ਆ ਰਹੇ ਸੀ, ਉਹਨਾਂ ਦੇ ਜੋ ਸਿਗਨੀਫਾਇਰ ਮੀਨਿੰਗਸ ਹੁੰਦੇ ਨੇ
ਉਹਨਾਂ ਨੂੰ ਮੈਂ ਯੂਜ਼ ਕਰ ਰਿਹਾ ਸੀ ਜੋ ਇੱਕ ਸਟਰਕਚਰਲ ਮੀਨਿੰਗ ਨਾਲ ਹੁੰਦੇ ਨੇ ਓਬਜੈਕਟਸ ਦੇ ਕਿ ਇੱਕ ਮੋਬਾਈਲ ਹੈ ਤਾਂ ਇੱਕ ਮੋਬਾਈਲ ਹੀ ਹੈ, ਪਰ ਉਸ ਮੀਨਿੰਗ ਨੂੰ ਮੈਂ ਆਪਣੇ ਕੰਮ ਵਿੱਚ ਲਿਆ ਕੇ ਕਿੱਦਾਂ ਉਹਦਾ ਮੀਨਿੰਗ ਚੇਂਜ ਕਰ ਸਕਦਾ, ਕਿਉਂਕਿ ਅਸੀਂ ਉਸ ਓਬਜੈਕਟ ਦਾ ਕੰਟੈਕਸਟ ਵੀ ਚੇਂਜ ਕਰਦੇ ਹਾਂ, ਉਸਨੂੰ ਡੀਮਿਸਟੀਫਾਈ ਵੀ ਕਰਦੇ ਹਾਂ ਇਨ ਕੰਟੈਕਸਟ ਵਿਦ ਫੋਰਮ ਸਾਈਜ਼ ਹੈ ਨਾ ਮਟੀਰੀਅਲ, ਜਦੋਂ ਕਨਵਰਟ ਹੋ ਕੇ ਆਰਟ ਫੀਲਡ ਵਿੱਚ ਜਾਂ ਇੱਕ ਗੈਲਰੀ ਵਿੱਚ ਡਿਸਪਲੇ ਹੁੰਦਾ ਤਾਂ ਉਹਦਾ ਮੀਨਿੰਗ ਬਹੁਤ ਚੇਂਜ ਹੁੰਦਾ। ਤਾਂ ਇਸੇ ਪਲੇਫੁਲਨੈਸ ਨੂੰ ਮੈਨੇ ਆਪਣੇ ਕੰਮਾਂ ਵਿੱਚ ਸ਼ੁਰੂ ਤੋਂ ਕੋਸ਼ਿਸ਼ ਕੀਤੀ ਹੈ। ਪਹਿਲੇ ਕੰਮਾਂ ਵਿੱਚ ਮੈਂ ਕੁਛ ਚੇਅਰਸ ਬਣਾ ਰਿਹਾ ਸੀ, ਡਿਸਆਰਡਰ ਆਫ ਦਾ ਸੋਸਾਇਟੀ ਇਨਡਾਇਰੈਕਟ ਵੇ ਨਾਲ ਦਿਖਾ ਰਿਹਾ ਸੀ, ਜਿਵੇਂ ਹੁਣ ਇੱਕ ਚੇਅਰ ਹੈ ਉਹਦੀ ਇੱਕ ਲੱਤ ਲੰਬੀ ਕਰਤੀ, ਉਹ ਰੱਖੀ ਨਹੀਂ ਜਾ ਸਕਦੀ ਤਾਂ ਆਈ ਹੈਵ ਹੈਂਗਡ ਇਟ ਔਨ ਦਾ ਵਾਲ ਹੈ ਨਾ, ਤਾਂ ਉਹਦਾ ਪੂਰਾ ਕੰਟੈਕਸਟ ਹੀ ਚੇਂਜ ਹੋ ਗਿਆ। ਚੇਅਰ ਬੈਠਣ ਲਈ ਹੁੰਦੀ ਹੈ ਪਰ ਉੱਥੇ ਉਹ ਇੱਕ ਵਾਲ 'ਤੇ ਹੈਂਗਡ ਹੈ, ਤਾਂ ਫਿਰ ਪਹਿਲਾਂ ਤਾਂ ਉਹੀ ਸਰਪ੍ਰਾਈਜ਼ ਹੁੰਦੀ ਹੈ ਕਿ ਇਹ ਇੱਥੇ ਕੀ ਕਰ ਰਹੀ ਹੈ ਏਲੀਅਨ ਜਗ੍ਹਾ 'ਤੇ। ਅਤੇ ਇਸੇ ਤਰ੍ਹਾਂ ਇੱਕ ਕਾਰਪੇਟ ਹੈ, ਕਾਰਪੇਟ ਦੇ ਉੱਪਰ ਇੱਕ ਫੈਨ ਆ ਗਿਆ, ਕਾਰਪੇਟ ਜੋ ਜ਼ਮੀਨ ਨਾਲ ਰਿਲੇਟਡ ਹੈ ਅਤੇ ਫੈਨ ਜੋ ਆਪਣੀ ਸੀਲਿੰਗ 'ਤੇ ਹੁੰਦਾ, ਤਾਂ ਉਹ ਦੋਨਾਂ ਨੂੰ ਜੋੜ ਕੇ ਫੈਨ ਦੇ ਵੀ ਤਿੰਨ ਜੋ ਵਿੰਗਸ ਨੇ, ਇੱਕ ਵੱਡਾ ਹੈ ਦੋ ਛੋਟੇ ਕੱਟੇ ਹੋਏ ਨੇ। ਇਸੇ ਤਰੀਕੇ ਨਾਲ ਮੈਂ ਸ਼ੁਰੂਆਤ ਕੀਤੀ ਅਤੇ ਇੱਕ ਮੈਗਜ਼ੀਨ ਬਣਾਈ ਮੈਨੇ ਆਰਟ, ਜੋ ਬਹੁਤ ਇੱਕ ਆਪਣੀ ਆਰਟ ਕੋਲੇਜ ਵਿੱਚ ਫੇਮਸ ਮੈਗਜ਼ੀਨ ਹੁੰਦੀ ਹੈ ਦਾ ਗ੍ਰੇਟ ਆਰਟਿਸਟ ਜੀ। ਇੱਕ ਹਰ ਇੱਕ ਆਰਟਿਸਟ ਦਾ ਇੱਕ ਸੁਪਨਾ ਹੁੰਦਾ ਅਸੀਂ ਵੀ ਚੰਗੇ ਆਰਟਿਸਟ ਬਣਾਂਗੇ ਉਸ ਟਾਈਮ ਕਿਸੇ ਤਰੀਕੇ, ਅਤੇ ਉੱਥੇ ਮੈਨੇ ਉਦੋਂ ਆਰਟਿਸਟ ਦੀ ਸੀਰੀਜ਼ ਹੁੰਦੀ ਹੈ ਉਹਨੂੰ ਜ਼ੀਰੋ ਕਰ ਦਿੱਤਾ ਅਤੇ ਉਹ ਜੋ ਮੇਨ ਪਿਕਚਰਸ ਹੁੰਦੀਆਂ ਉਹਦੀ ਜਗ੍ਹਾ 'ਤੇ ਆਪਣੀ ਫੋਟੋ ਜਾਂ ਇੱਕ ਮਿਰਰ ਰੱਖਿਆ, ਕੋਈ ਵੀ ਆਪਣੀ ਫੋਟੋ ਦੇਖ ਸਕਦਾ ਹੈ ਆਪਣਾ ਆਪਣਾ ਅਕਸ ਦੇਖ ਸਕਦਾ। ਇੱਕ ਡਰੀਮ ਉਹ ਵੀ ਇੱਕ ਐਸੇ ਟੇਬਲ 'ਤੇ ਰੱਖੀ ਹੋਈ ਹੈ ਜੋ ਬਹੁਤ ਹੀ ਡਿਸਆਰਡਰ ਤਰੀਕੇ ਨਾਲ ਟੇਢਾ ਰੱਖਿਆ ਹੋਇਆ, ਜਿਸਦੀਆਂ ਲੱਤਾਂ ਟੇਢੀਆਂ ਨੇ ਅਤੇ ਯੂ ਕੈਨੋਟ ਯੂਜ਼ ਦੈਟ ਟੇਬਲ ਐਜ਼ ਅ ਟੇਬਲ, ਯੂ ਕੈਨੋਟ ਸਰਵ ਟੀ ਔਨ ਇਟ। ਤਾਂ ਉਹ ਟੇਬਲ ਤਾਂ ਹੈ ਬਟ ਇਟਸ ਨੋਟ ਟੇਬਲ ਐਕਚੁਅਲੀ, ਕਿਉਂਕਿ ਆਪਣਾ ਪਰਪਸ ਸਰਵ ਨਹੀਂ ਕਰ ਰਿਹਾ। ਤਾਂ ਇਨਡਾਇਰੈਕਟ ਵੇ ਉਹ ਸਾਰੇ ਜੋ ਓਬਜੈਕਟਸ ਨੇ ਉਹ ਕੁਛ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਤੁਹਾਨੂੰ ਕਿ ਇਹ ਅਸੀਂ ਇਹੋ ਜਿਹਾ ਕਿਉਂ ਹਾਂ, ਬੋਥ ਡਾਇਰੈਕਟ ਐਂਡ ਇਨਡਾਇਰੈਕਟ ਮੀਨਿੰਗਸ। ਹਾਂਜੀ, ਤਾਂ ਉਹ ਸਟਾਰਟਿੰਗ ਜੋ ਹੋਈ ਮੇਰੀ ਥਰੂ ਓਬਜੈਕਟਸ, ਆਈ ਵਾਜ਼ ਟਰਾਇੰਗ ਟੂ ਸ਼ੋ ਡੈਟ ਡਿਸਆਰਡਰ ਡੈਟ ਟਰਮੋਇਲ ਆਫ ਦਾ ਸੋਸਾਇਟੀ। ਆਈ ਵਾਜ਼ ਇਨ ਗੁਜਰਾਤ ਤੋਂ ਉੱਥੇ ਮੈਂ ਇੱਕ ਨਵੀਂ ਜਗ੍ਹਾ 'ਤੇ ਵੀ ਗਿਆ, ਇਹੋ ਜਿਹੀ ਗੱਲ ਨਹੀਂ, ਗੁਜਰਾਤ ਕਾਫੀ ਡਿਸਟਰਬ ਨਹੀਂ ਸੀ ਬਟ ਆਸ ਪਾਸ ਦੇ ਅਸੀਂ ਜੋ ਵੀ ਓਬਜ਼ਰਵ ਕਰਦੇ ਹਾਂ ਸੋਸਾਇਟੀ ਨੂੰ, ਤਾਂ ਉਸਨੂੰ ਡਾਇਰੈਕਟ ਤਰੀਕੇ ਨਾਲ ਨਾ ਦਿਖਾ ਕੇ ਹਾਊ ਯੂ ਕੈਨ ਸ਼ੋ ਇਟ ਲਾਈਕ ਇਨਡਾਇਰੈਕਟ ਵੇ, ਤਾਂ ਮੈਂ ਉਹ ਸਕਲਪਚਰ ਸਟਾਰਟ ਕੀਤੇ ਸੀਗੇ। ਦੈਨ ਉਸ ਤੋਂ ਬਾਅਦ ਸੈਕਿੰਡ ਈਅਰ ਵਿੱਚ ਕੰਮ ਤਾਂ ਮੈਂ ਇੱਕ ਨੂੰ ਚੇਂਜ ਕਰ ਦਿੱਤੇ, ਮੇਰੇ ਕੰਮ ਗੈਲਰੀ ਓਰੀਐਂਟਡ ਹੈ ਹੀ ਨਹੀਂ ਸੀ। ਅਸੀਂ ਉਸ ਟਾਈਮ ਦੇਖਿਆ ਗੁਜਰਾਤ ਵਿੱਚ ਜਦੋਂ 2007 ਵਿੱਚ ਇੱਕ ਪ੍ਰੋਟੈਸਟ ਹੋਇਆ, ਕਿਹੜੇ ਸਾਲ ਵਿੱਚ? 2007 ਵਿੱਚ। ਉੱਥੇ ਜਦੋਂ ਕੁਛ ਗੂਨਸ ਦੇ ਬਾਜ਼ ਇੰਟੂ ਦਾ ਐਗਜ਼ਾਮੀਨੇਸ਼ਨ ਹਾਲ, ਅਤੇ ਚੰਦਰ ਮੋਹਨ ਸਾਡਾ ਜੋ ਕਲੀਗ ਸੀਗਾ ਉਹਨੂੰ ਫੜ ਕੇ ਬਾਹਰ ਕੱਢ ਕੇ ਲੈ ਗਏ ਅਤੇ ਪੂਰਾ ਐਗਜ਼ਾਮੀਨੇਸ਼ਨ ਪ੍ਰੋਸੈਸ ਵੀ ਡਿਸਟਰਬ ਕਰ ਦਿੱਤਾ। ਤਾਂ ਅਸੀਂ ਵਾਕਈ ਸੋਚ ਰਹੇ ਸੀ ਕਿ ਵਟ ਐਗਜੈਕਟਲੀ ਇਜ਼ ਦਾ ਮੀਨਿੰਗ ਆਫ ਫਰੀਡਮ ਆਫ ਐਕਸਪ੍ਰੈਸ਼ਨ, ਆਰ ਵੀ ਰੀਅਲੀ ਫਰੀ ਟੂ ਐਕਸਪ੍ਰੈਸ ਆਰ ਫੀਲਿੰਗਸ ਦੇਰ, ਨੋ ਵੀ ਆਰ ਨੋਟ। ਤਾਂ ਉਸ ਸਮੇਂ ਵਿੱਚ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਕੁਛ ਐਕਸਪ੍ਰੈਸ ਹੀ ਨਹੀਂ ਕਰ ਸਕਦੇ ਜੋ ਅਸੀਂ ਚਾਹੁੰਦੇ ਹਾਂ, ਉਸ ਤੋਂ ਬਾਅਦ ਹੁਸੈਨ ਨਾਲ ਵੀ ਹੋਇਆ, ਯੂ ਕੈਨ ਸੀ ਹੈ ਨਾ, ਤਾਂ ਫਿਰ ਉਹ ਪ੍ਰੋਬਲਮਸ ਅਤੇ ਆਸ ਪਾਸ ਦੀ ਸੋਸਾਇਟੀ ਦੀ ਹੋਰ ਪ੍ਰੋਬਲਮਸ ਨਾਲ ਮਿਲ ਕੇ ਫਿਰ ਕੰਮ ਕਾਫੀ ਚੇਂਜ ਹੋ ਜਾਂਦੇ ਨੇ। ਯੂ ਰੀਅਲੀ ਰੈਵੋਲੂਸ਼ਨਾਈਜ਼ ਦਾ ਵੇ ਦਾ ਵੇ ਯੂ ਆਰ ਡਿਸਪਲੇਇੰਗ ਯੂਅਰ ਆਰਟ ਵਰਕਸ ਇਨ ਨੋਰਮਲ ਸੈਂਸ।
ਤਾਂ ਉਸ ਤੋਂ ਬਾਅਦ ਫਿਰ ਮੇਰੇ ਸਾਰੇ ਕੰਮ ਵਰ ਰੀਅਲੀ ਚੈਲੇਂਜਿੰਗ, ਉਹ ਕੰਮ ਬਣ ਤਾਂ ਰਹੇ ਸੀਗੇ ਇਹਨਾਂ ਗੈਲਰੀ ਸਪੇਸ ਜਾਂ ਇਹਨਾਂ ਸਟੂਡੀਓ, ਉਹਨੂੰ ਮੈਂ ਰੀਕੋਂਟੈਕਚੁਲਾਈਜ਼ ਕਰਦਾ ਰਿਹਾ ਸੀ ਆਪਣੇ ਕੰਮ ਵਿੱਚ। ਜਿਵੇਂ ਕਿ ਇੱਕ ਸਾਈਕਲ ਸੀਟ ਹੈ, ਫੋਰ ਐਗਜ਼ਾਮਪਲ, ਇੱਕ ਸਾਈਕਲ ਸੀਟ ਇੱਕ ਸਟੀਅਰਿੰਗ ਦੇ ਉੱਪਰ ਹੈ। ਓਕੇ, ਇੱਕ ਸਾਈਕਲ ਸੀਟ ਮੈਂ ਦੋ ਕਲਾਸ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਨੋਰਮਲ ਸਾਈਕਲ ਜੋ ਬਹੁਤ ਇੱਕ ਆਉਂਦਾ, ਇੱਕ ਸਟੈਂਡਰਡ ਸਾਈਕਲ ਦੀ ਸੀਟ ਅਤੇ ਇੱਕ ਅੱਛੇ ਕਾਰ ਦੀ ਸੀਟ ਸਟੀਅਰਿੰਗ, ਉਹਨੂੰ ਉਲਟਾ ਰੱਖ ਕੇ, ਅਤੇ ਉਹ ਜਦੋਂ ਦੋਨੋਂ ਕੰਬਾਈਨ ਕੀਤੇ ਤਾਂ ਦੋਨੋਂ ਆਪਣੀ ਕਲਾਸ ਨੂੰ ਰਿਪ੍ਰੈਜੈਂਟ ਕਰ ਰਹੇ ਨੇ। ਓਕੇ, ਇਨ ਵੇ ਤਾਂ ਉਦੋਂ ਉਹ ਕੰਮ ਮੈਨੇ ਸਾਈਕਲ ਸੀਟ ਕਿਸੇ ਹੋਰ ਜਗ੍ਹਾ ਤੋਂ ਲਈ, ਇੱਕ ਸਟੀਅਰਿੰਗ ਕਿਤੋਂ ਹੋਰ ਲਿਆ, ਬਣਿਆ ਉਹ ਸਟੂਡੀਓ ਵਿੱਚ ਹੈ। ਓਕੇ, ਅਤੇ ਜੋ ਵੀ ਸੀ ਜਿੰਨਾ ਵੀ ਉਸ 'ਤੇ ਕੰਮ ਕੀਤਾ, ਉਸ ਤੋਂ ਬਾਅਦ ਉਸਨੂੰ ਮੈਨੇ ਵਾਪਸ ਉਸੀ ਜਗ੍ਹਾ 'ਤੇ ਜਿੱਥੇ ਬਣਾਏ ਨੇ, ਹਾਂਜੀ, ਕਾਇੰਡ ਆਫ ਉਸੀ ਪਬਲਿਕ ਸਫੇਅਰ ਵਿੱਚ ਮੈਨੇ ਉਸਨੂੰ ਡਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ। ਲਾਈਕ ਦੇ ਵਰ ਡਿਸਪਲੇਡ ਇਨ ਲਾਈਕ ਰੇੜੀਆਂ ਦੇ ਆਸ ਪਾਸ, ਸਾਹਮਣੇ ਇਨ ਇਨ ਸ਼ੋਪਸ, ਇਨ ਇਨ ਕੈਫੇਟੇਰੀਆਸ, ਸਾਈਬਰ ਕੈਫੇਜ਼, ਤਾਂ ਉੱਥੇ ਆਈ ਯੂਸ ਟੂ ਯੂ ਨੋ ਡਾਕੂਮੈਂਟ ਦਾ ਰਿਐਕਸ਼ਨਸ ਆਫ ਪੀਪਲ ਕਿ ਉਹ ਉਸ ਬਾਰੇ ਕੀ ਸੋਚਦੇ ਨੇ ਉਸ ਪਰਟੀਕੁਲਰ ਓਬਜੈਕਟ ਲਈ। ਡੈਟ ਵਾਸ ਨਾਈਦਰ ਏ ਚੇਅਰ ਔਰ ਕੁਰਸੀ ਵੀ ਨਹੀਂ ਸੀ, ਉਹ ਇੱਕ ਸਟੂਲ ਵੀ ਨਹੀਂ ਸੀ, ਉਹ ਇੱਕ ਕੁਐਸਚਨਿੰਗ, ਮਤਲਬ ਉਹ ਇੱਕ ਇਹੋ ਜਿਹਾ ਓਬਜੈਕਟ ਸੀਗਾ ਕਿ ਕੁਐਸਚਨ ਕਰਦਾ। ਆਈ ਯੂਜ਼ਡ ਟੈਕਸਟ ਔਨ ਇਟ ਕਿਉਂਕਿ ਲੋਕ ਉਸਨੂੰ ਪੜ੍ਹ ਵੀ ਸਕਦੇ ਸੀ ਕੰਮ ਨੂੰ, ਤਾਂ ਇਨ ਅ ਵੇ ਉਹ ਇੱਕ ਕੁਐਸਚਨ ਕਰਦਾ ਕਿ ਉਸ ਫੇਅਰ ਵਿੱਚ ਉਹ ਕਰਕੇ ਰਿਹਾ ਓਬਜੈਕਟ, ਅਤੇ ਉਹ ਕਾਫੀ ਇੰਟਰਸਟਿੰਗ ਸੀਗੇ। ਉਹ ਮੈਂ ਡਾਕੂਮੈਂਟ ਵੀ ਕੀਤੇ ਲੋਕਾਂ ਦੇ ਰਿਵਿਊਜ਼ ਨੂੰ। ਉਸ ਤੋਂ ਬਾਅਦ ਉਸੇ ਸਾਰੀ ਸੀਰੀਜ਼ ਵਿੱਚ ਮੈਨੇ ਇੱਕ ਲਾਈਟ ਕੇਸ ਵੀ ਯੂਜ਼ ਕੀਤਾ, ਸਟੀਅਰਿੰਗ ਹੋ ਗਿਆ, ਦੈਨ 6 ਜਾਂ 7 ਮਹੀਨੇ ਇਹੋ ਜਿਹੇ ਕੰਮ ਕੀਤੇ ਜਿਹੜੇ ਸਟੂਡੀਓ ਵਿੱਚ ਨਹੀਂ ਸੀ। ਅਤੇ ਮੇਰਾ ਫਾਈਨਲ ਡਿਸਪਲੇ ਜੋ ਬੜੌਦਾ ਦਾ ਐਨੂਅਲ ਡਿਸਪਲੇ ਸੀ, ਉੱਥੇ ਮੇਰੇ ਹੀ ਕੰਮਾਂ ਵਿੱਚ ਸਿਰਫ ਪੈਡਸਟਲਸ ਪਏ ਸੀ ਐਨੂਅਲ ਡਿਸਪਲੇ ਵਿੱਚ, ਅਤੇ ਉਹਨਾਂ ਦੇ ਉੱਪਰ ਸਿਰਫ ਡਾਕੂਮੈਂਟੇਸ਼ਨਸ, ਫੋਟੋਗ੍ਰਾਫਿਕ ਡਾਕੂਮੈਂਟੇਸ਼ਨਸ ਸੀਗੀਆਂ। ਓਕੇ, ਕੋਈ ਕੰਮ ਮੇਰਾ ਉੱਥੇ ਨਹੀਂ ਸੀ। ਓਕੇ, ਤਾਂ ਮੇਰਾ ਪੂਰਾ ਤਿਆਰੀ ਸੀ ਕਿ ਮੈਂ ਫੇਲ ਹੋ ਸਕਦਾ ਉਹਨਾਂ ਕੰਮਾਂ ਕਰਕੇ, ਬਟ ਆਈ ਐਮ ਰੀਅਲੀ ਥੈਂਕਫੁਲ ਟੂ ਦਾ ਜਿਊਰੀ, ਆਈ ਰੀਅਲੀ ਐਪਰੀਸ਼ੀਏਟ ਦੇਅਰ ਐਫਰਟਸ ਕਿ ਉਹ ਮੇਰੇ ਨਾਲ ਬਾਹਰ ਵੀ ਗਏ, ਉਹਨਾਂ ਨੇ ਦੇਖੇ ਕੰਮ ਕਿ, ਕਿਉਂਕਿ ਮੈਂ ਹੀ ਕੁਛ ਅਜਿਹਾ ਕਰ ਰਿਹਾ ਸੀ ਜੋ ਨਵਾਂ ਸੀ, ਬਾਕੀ ਸਾਰਿਆਂ ਦੇ ਕੰਮ ਉੱਥੇ ਪਏ ਸੀ। ਆਲਰਾਈਟ, ਅਤੇ ਉਹਨਾਂ ਨੇ ਕਾਫੀ ਹੈਲਪ ਕੀਤੀ ਅਤੇ ਦੇਖਿਆ ਵੀ, ਅਤੇ ਲੱਕੀਲੀ ਮੈਨੇ ਕਲਾਸ 'ਚ ਟੋਪ ਵੀ ਕੀਤਾ ਫੋਰ ਦੋਸ ਕਲਾਸ। ਅਤੇ ਉੱਥੋਂ ਲਾਈਕ ਓਬਜੈਕਟਸ ਨਾਲ ਹਮੇਸ਼ਾ ਤੋਂ ਮੈਂ ਜੁੜਿਆ ਰਿਹਾ, ਅਤੇ ਇੱਥੇ ਮੇਰਾ ਸਪੇਸ ਚੇਂਜ ਹੋ ਗਿਆ ਸੀ। ਓਕੇ, ਸੋ ਜਦੋਂ ਤੁਸੀਂ ਇਸ ਤਰੀਕੇ ਦਾ ਕੋਈ ਕੰਮ ਕਰਦੇ ਹੋ, ਤੁਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਸਾਰੀਆਂ ਸਟੈਪਸ ਵਰਕ ਦੇ ਕਲੀਅਰ ਹੁੰਦੇ ਨੇ ਕਿ ਇਹ ਵਰਕ ਜਿਵੇਂ ਤੁਸੀਂ ਦੱਸਿਆ ਉੱਥੋਂ ਆਏਗਾ ਉੱਥੋਂ ਆਏਗਾ, ਤੁਹਾਡੀ ਰਿਸਰਚ ਹੋਈ ਉਸ ਤੋਂ ਪਹਿਲਾਂ, ਫਿਰ ਤੁਸੀਂ ਕੰਮ ਨੂੰ ਬਣਾਇਆ, ਫੋਰ ਐਗਜ਼ਾਮਪਲ ਤੁਸੀਂ ਬਾਹਰ ਲੈ ਕੇ ਗਏ ਐਂਡ ਉਹਦੀ ਤੁਸੀਂ ਡਾਕੂਮੈਂਟੇਸ਼ਨ ਕੀਤੀ, ਉਹ ਤੁਹਾਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਰੇ ਸਟੇਜਿਸ ਪ੍ਰੀ ਡਿਫਾਈਨਡ ਹੁੰਦੇ ਨੇ ਜਾਂ ਓਵਰ ਦਾ ਪ੍ਰੋਸੈਸ ਚੀਜ਼ਾਂ ਆਪਣੇ ਆਪ ਇਮਰਜ ਕਰਦੀਆਂ ਨੇ ਐਂਡ ਦੈਨ ਯੂ ਇੰਪਰੋਵਾਈਜ਼? ਦੇਖੋ, ਪ੍ਰੋਸੈਸ ਨੂੰ ਹਮੇਸ਼ਾ ਹੀ ਅਸੀਂ ਅੱਗੇ ਰੱਖਦੇ ਹਾਂ ਇੱਕ ਆਰਟਿਸਟ ਦੇ ਤੌਰ 'ਤੇ। ਪ੍ਰੋਸੈਸ ਬਹੁਤ ਕੁਛ ਸਿਖਾ ਜਾਂਦਾ, ਅਸੀਂ ਕੁਛ ਪਲੈਨ ਹੋਰ ਕਰਦੇ ਹਾਂ ਤਾਂ ਪਰ ਕਈ ਵਾਰੀ ਪ੍ਰੋਸੈਸ ਤੁਹਾਨੂੰ ਚੇਂਜ ਕਰ ਦਿੰਦਾ, ਅਤੇ ਇਸ ਲਈ ਕਦੇ ਵੀ ਕੁਛ ਡਿਫਾਈਨਡ ਨਹੀਂ ਰੱਖਦਾ ਮੈਂ ਕਿ ਇੱਦਾਂ ਹੀ ਹੋਣਾ ਚਾਹੀਦਾ ਕੰਮ। ਤਾਂ ਹਾਂ, ਇੱਕ ਜ਼ਰੂਰ ਬੇਸਿਕ ਕੰਸੈਪਟ ਮਨ ਵਿੱਚ ਹੁੰਦਾ, ਕਿਉਂਕਿ ਪਹਿਲਾਂ ਸਾਰੀ ਜੋ ਸਟਾਰਟਿੰਗ ਹੁੰਦੀ ਹੈ ਤੁਹਾਡੀ ਡਰਾਇੰਗਸ ਵਿੱਚ ਹੁੰਦੀ ਹੈ, ਤੁਸੀਂ ਟ੍ਰਮੈਂਡਸ ਜਿੰਨੀਆਂ ਡਰਾਇੰਗ ਕਰ ਸਕਦੇ ਹੋ ਉਸ ਚੀਜ਼ ਲਈ, ਜਾਂ ਜਿੰਨੇ ਵੀ ਅਨਵਾਂਟਡ ਐਲੀਮੈਂਟਸ ਨੇ ਕੰਮ ਦੇ ਉਹ ਪਹਿਲਾਂ ਹੀ ਜੇ ਕੱਢੇ ਜਾਣ ਤਾਂ ਬਹੁਤ ਅੱਛਾ ਹੁੰਦਾ। ਪ੍ਰੀ ਮੈਚਿਓਰ ਸਟੇਜ 'ਤੇ ਤੁਸੀਂ ਕੰਮ ਡਿਸਪਲੇ ਕਰ ਦਿਓ,
ਉਹ ਅੱਛਾ ਨਹੀਂ ਲੱਗਦਾ, ਇਸ ਲਈ ਤੁਹਾਨੂੰ ਪਹਿਲਾਂ ਹੀ ਆਪਣੇ ਆਪ ਨੂੰ ਮੈਕਟਸ ਜਾਂ ਡਰਾਇੰਗਸ ਜਾਂ ਹੋਰ ਜੋ ਵੀ ਤੁਹਾਡੇ ਤਰੀਕੇ ਹਨ ਅਨਵਾਂਟਡ ਐਲੀਮੈਂਟਸ ਕਰਨੇ ਜ਼ਰੂਰੀ ਨੇ ਇੱਕ ਕੰਪੋਜੀਸ਼ਨ ਵਿੱਚੋਂ। ਅਤੇ ਇੱਕ ਤਾਂ ਹੋ ਗਿਆ ਇਹ ਚੀਜ਼, ਇੱਕ ਕੋਨਸੈਪਟ, ਕੋਨਸੈਪਟ ਵੀ ਤੁਹਾਡੇ ਕਈ ਵਾਰੀ ਇੱਕ ਮਾਇੰਡ ਹੈ ਤੁਹਾਡਾ ਫਰੀ ਹੈ, ਬਹੁਤ ਕੁਝ ਸੋਚਦਾ, ਕਿੰਨੇ ਤਰ੍ਹਾਂ ਦੇ ਆਈਡੀਆਸ ਸਾਈਮਲਟੇਨਸਲੀ ਇੱਕੋ ਟਾਈਮ ਤੁਹਾਡੇ ਚੱਲਦੇ ਨੇ ਮਨ ਵਿੱਚ, ਤੁਹਾਨੂੰ ਉਹਨਾਂ ਨੂੰ ਵੀ ਅਲੱਗ ਕਰਨ ਦੀ ਲੋੜ ਹੁੰਦੀ ਹੈ। ਤਾਂ ਆਈ ਕੈਨ ਸੇ ਕਿ ਇੱਕ ਤਾਂ ਆਊਟਵਰਡ ਅਪਰੋਚ ਹੈ, ਇੱਕ ਇਨਵਰਡ ਅਪਰੋਚ ਹੈ। ਜੋ ਇਨਵਰਡ ਅਪਰੋਚ ਹੈ ਤੁਹਾਡੀ ਉਹ ਕੋਨਸੈਪਟਸ ਕਲੀਅਰ ਕਰਦੀ ਹੈ, ਜੋ ਆਊਟਵਰਡ ਅਪਰੋਚ ਹੈ ਉਹ ਤੁਹਾਡੇ ਜੋ ਫੋਰਮਸ ਵਿੱਚ ਜੋ ਅਨਵਾਂਟਡ ਐਲੀਮੈਂਟਸ ਨੇ, ਤੁਹਾਡੀ ਵਿਜੂਅਲ ਜੋ ਲੈਂਗੁਏਜ ਹੈ ਉਸਨੂੰ ਰਿਫਾਈਨ ਕਰਦੀ ਹੈ। ਤਾਂ ਉਹ ਦੋਨਾਂ ਨੂੰ ਹੀ ਸਾਥ ਲੈ ਕੇ ਚੱਲਣਾ ਜ਼ਰੂਰੀ ਹੈ। ਤੁਹਾਡੀ ਕੋਨਸੈਪਚੁਅਲ ਡਿਵੈਲਪਮੈਂਟ ਦੇ ਨਾਲ ਨਾਲ ਤੁਹਾਡੀ ਵਿਜੂਅਲ ਲੈਂਗੁਏਜ ਵੀ ਡਿਵੈਲਪਮੈਂਟ ਹੋਣੀ ਜ਼ਰੂਰੀ ਹੈ। ਅਤੇ ਉਹਦੇ ਲਈ ਵਿੱਚ ਹਾਂ ਇਹ ਜ਼ਰੂਰੀ ਹੈ ਕਿ ਸਿਰਫ ਗੱਲਾਂ ਨਾਲ ਨਹੀਂ ਗੱਲ ਨਹੀਂ ਹੁੰਦੀ, ਤੁਹਾਨੂੰ ਸਟੂਡੀਓ ਪ੍ਰੈਕਟਿਸ ਕਰਨੀ ਹੈ ਜਾਂ ਜੋ ਵੀ ਤੁਸੀਂ ਕਰਨਾ ਉਹ ਰੈਗੂਲਰ ਬੇਸਿਸ 'ਤੇ ਕਰਨਾ ਪਏਗਾ, ਸਕਿੱਲ ਤੁਹਾਨੂੰ ਆਪਣੀ ਡਿਵੈਲਪ ਕਰਨੀ ਪੈਂਦੀ, ਬਿਲਕੁਲ ਕਰਨੀ ਪਏਗੀ। ਅਤੇ ਇੱਕ ਰੈਗੂਲਰਿਟੀ, ਮੈਂ ਇੱਕ ਵਰਡ ਜੋ ਕਹਿੰਦਾ, ਮੈਂ ਆਰਟ ਕਾਲਜ ਪੜ੍ਹਾ ਵੀ ਰਿਹਾ ਅਤੇ ਬੱਚਿਆਂ ਨੂੰ ਵੀ ਮੈਂ ਇਹੀ ਕਹਿੰਦਾ, ਇੱਕ ਇੱਦਾਂ ਨਹੀਂ ਕਿ 10 ਦਿਨ 'ਚ ਇੱਕ ਸਕੈਚ ਕਰ ਲਿਆ ਅਤੇ ਉਹ ਹੋ ਗਿਆ। ਉਸਨੂੰ ਸਟਾਰਟਿੰਗ ਤਾਂ ਹੋ ਜਾਂਦੀ ਹੈ ਸਕੈਚ ਦੀ, ਬਟ ਉਸਨੂੰ ਤੁਸੀਂ ਰਿਫਾਈਨ ਕਰਨ ਲਈ ਜਾਂ ਮੈਚਿਓਰ ਕਰਨ ਲਈ ਤੁਹਾਨੂੰ ਉਸਨੂੰ ਘੱਟੋ ਘੱਟ ਉਸ ਇੱਕ ਸਕੈਚ ਦਾ ਤੁਹਾਨੂੰ 50 ਬਣਾਉਣੇ ਪੈਣਗੇ ਉਸਨੂੰ ਰਿਫਾਈਨ ਕਰਨ ਲਈ। ਦੈਟਸ ਰਾਈਟ। ਸੋ ਜਦੋਂ ਤੁਸੀਂ ਪਬਲਿਕ ਸਪੇਸਿਸ ਵਿੱਚ ਆਪਣਾ ਵਰਕ ਡਿਸਪਲੇ ਕਰਦੇ ਹੋ, ਤੁਸੀਂ ਕਿਸ ਤਰੀਕੇ ਦੀ ਆਡੀਅੰਸ ਦੇ ਨਾਲ ਆਡੀਅੰਸ ਨੂੰ ਸੰਬੋਧਿਤ ਕਰਨਾ ਚਾਹੁੰਦੇ ਹੋ? ਫੋਰ ਐਗਜ਼ਾਮਪਲ, ਉਹ ਚੀਜ਼ਾਂ ਦੇ ਉੱਤੇ ਵੀ, ਉਹ ਪਹਿਲੂ ਦੇ ਉੱਤੇ ਵੀ ਤੁਸੀਂ ਸੋਚਦੇ ਹੋ ਕਿ ਪਬਲਿਕ ਆਰਟ ਸਪੇਸਿਸ ਵਿੱਚ ਤਾਂ ਪੋਸੀਬਿਲਿਟੀ ਬਹੁਤ ਜ਼ਿਆਦਾ, ਇੱਕ ਗਾਰਡਨ ਵੀ ਹੋ ਸਕਦਾ, ਇੱਕ ਦੁਕਾਨ ਵੀ ਹੋ ਸਕਦੀ ਹੈ, ਸੜਕ ਵੀ ਹੋ ਸਕਦਾ, ਚੌਂਕ ਵੀ ਹੋ ਸਕਦਾ? ਬਿਲਕੁਲ। ਪਬਲਿਕ ਆਰਟ ਨੂੰ ਪਹਿਲਾਂ ਤਾਂ ਮੈਂ ਸਮਝਾਂਗਾ, ਪਬਲਿਕ ਆਰਟ ਉਹ ਨਹੀਂ ਹੈ ਜੋ ਤੁਸੀਂ ਚੌਂਕ 'ਤੇ ਲਗਾਤਾ ਜਾਂ ਕਿਤੇ ਵੀ ਲਗਾਤਾ, ਡੈਟ ਇਜ਼ ਨੋਟ ਪਬਲਿਕ ਆਰਟ। ਜਾਂ ਤੁਸੀਂ ਪਬਲਿਕ ਸਟੈਚੂ ਵੀ ਦੇਖਦੇ ਹੋ, ਉਹ ਤਾਂ ਮੈਂ ਸਮਝਾਂਗਾ ਕਿ ਥੋਪੇ ਹੋਏ ਨੇ ਪਬਲਿਕ ਸਪੇਸ 'ਤੇ। ਪਬਲਿਕ ਆਰਟ ਦਾ ਅਸਲੀ ਮਤਲਬ ਤਾਂ ਇਹੀ ਹੈ ਜਦੋਂ ਪਬਲਿਕ ਦੀ ਪਾਰਟੀਸਪੇਸ਼ਨ ਹੋਵੇ ਜਾਂ ਉਹ ਉਸਨੂੰ ਸਮਝਣ, ਉਸ ਵਿੱਚ ਇਨਵੋਲਵ ਹੋਣ, ਇੰਟਰੈਕਟ ਕਰਨ। ਅਨਲੈਸ ਜੇ ਇਹ ਨਹੀਂ ਹੁੰਦਾ, ਫਿਰ ਉਹ ਕੰਮ ਸਿਰਫ ਆਰਟਿਸਟ ਦੀ ਅਥੋਰਿਟੀ ਨੂੰ ਉਸ ਸਫੇਅਰ ਵਿੱਚ ਥੋਪ ਹੀ ਰਿਹਾ। ਪਰਫੋਰਮੈਂਸ ਆਰਟ ਦੇ ਉੱਤੇ ਕੀ ਵਿਊਜ਼ ਨੇ ਤੁਹਾਡੇ, ਤੁਸੀਂ ਆਪ ਵੀ ਕਰਦੇ ਹੋ? ਪਰਫੋਰਮੈਂਸ ਵਿੱਚ ਜ਼ਰੂਰੀ ਇਹ ਹੈ ਕਿ ਦੇਖੋ, ਯੂਜਲੀ ਅੱਜ ਕੱਲ੍ਹ ਮੈਕਸੀਮਮ ਆਰਟਿਸਟ ਪਰਫੋਰਮ ਕਰਦੇ ਨੇ, ਉਹਦੇ ਵਿੱਚ ਉਹ ਇਨਵੋਲਵ ਕਰਦੇ ਨੇ ਪਬਲਿਕ ਨੂੰ। ਜੇ ਕੋਈ ਰਿਐਕਸ਼ਨ ਹੁੰਦਾ ਵੀ ਹੈ ਤਾਂ ਉਸਨੂੰ ਵੀ ਉਸਦੇ ਅਕੋਰਡਿੰਗ ਉਹ ਯੂਜ਼ ਨਾਲ ਕਰ ਲੈਂਦੇ ਨੇ। ਜੋਸੇਫ ਬੋਇਸ ਨੇ ਜਦੋਂ ਸ਼ੁਰੂ ਕੀਤਾ ਹੈ ਨਾ 70s ਦੇ ਆਸ ਪਾਸ, ਤਾਂ ਉਹਨਾਂ ਨੇ ਜਦੋਂ ਗੈਲਰੀ ਵਿੱਚ ਪਰਫੋਰਮ ਕਰਦੇ ਵੀ ਸੀ ਤਾਂ ਮੇ ਬੀ 3 ਦਿਨ ਵੀ ਚੱਲ ਰਹੀ ਹੈ ਪਰਫੋਰਮੈਂਸ, ਤਾਂ ਉਹ ਯੂਜਲੀ ਕਿ ਉਹ ਜੋ ਵਿਊਵਰਸ ਹੈ ਉਹਨੂੰ ਅਲਾਓ ਨਹੀਂ ਕਰਦੇ, ਤਾਂ ਉਹ ਉਸਦੇ ਅਕੋਰਡਿੰਗ ਵੀ ਢਾਲ ਲੈਂਦੇ ਸੀ ਪਰਫੋਰਮੈਂਸ ਨੂੰ। ਤਾਂ ਕੋਈ ਵੀ ਫੋਰਮ ਆਫ ਆਰਟ ਹੈ, ਪਰ ਜਦੋਂ ਅਸੀਂ ਇੱਕ ਪਬਲਿਕ ਸਪੇਸ ਜਾਂਦੇ ਹਾਂ, ਇੱਕ ਆਰਟਿਸਟ ਸਪੇਸ, ਇੱਕ ਕੰਟੈਕਸਟ ਮੈਂ ਕਹਾਂਗਾ ਕਿ ਉਹ ਜਿੱਥੇ ਆਰਟਿਸਟ ਟ੍ਰੇਨ ਹੁੰਦੇ ਨੇ, ਕਾਲਜਸ ਹੋ ਗਏ, ਗੈਲਰੀਜ਼ ਹੋ ਗਈਆਂ ਜਾਂ ਇੰਸਟੀਟਿਊਟਸ ਹੋ ਗਏ ਆਪਣੇ ਜਿੱਥੇ ਸਿਖਾਇਆ ਜਾਂਦਾ ਆਰਟ, ਉਹ ਇੱਕ ਟ੍ਰੇਨਡ ਆਡੀਅੰਸ ਹੈ ਕਾਇੰਡ ਆਫ। ਜਦੋਂ ਅਸੀਂ ਉਸ ਸਪੇਸ ਤੋਂ ਇੱਕਦਮ ਰੋ ਸਪੇਸ ਚਲੇ ਜਾਂਦੇ ਹਾਂ ਤਾਂ ਵੀ ਆਰ ਓਪਨ ਟੂ ਐਕਸਟ੍ਰੀਮ ਵਿਊਜ਼, ਕੁਛ ਵੀ ਹੋ ਸਕਦਾ ਉੱਥੇ, ਕਿਸੇ ਨੂੰ ਪਸੰਦ ਆ ਵੀ ਸਕਦਾ, ਨਹੀਂ ਵੀ ਆ ਸਕਦਾ। ਆਰਟਿਸਟ ਸ਼ੁੱਡ ਓਪਨ ਟੂ ਦੋਜ਼ ਕਾਇੰਡ ਆਫ ਰਿਸੈਪਸ਼ਨ ਅਪਰੋਚਸ। ਹਾਂ, ਟਾਰਗੇਟ ਆਡੀਅੰਸ ਤੁਹਾਡੀ ਜ਼ਰੂਰੀ ਨਹੀਂ ਹੈ ਕਿ ਇਹੀ ਹੋਏਗੀ। ਹਾਂ, ਤੁਸੀਂ ਕਿਹੜੀ ਕਿਹੜੀ ਸਿਟੀ ਵਿੱਚ, ਜਿਵੇਂ ਮੁੰਬਈ 'ਚ ਕਰ ਰਹੇ ਹਾਂ, ਇੱਕ ਮੈਟਰੋਪੋਲੀਟਨ ਸਿਟੀ 'ਚ ਮੈਂ ਡਿਸਪਲੇ ਕਰ ਰਿਹਾ ਜਾਂ ਮੈਂ ਇੰਡੀਆ 'ਚ ਕਰ ਰਿਹਾ ਜਾਂ ਨਿਊਯਾਰਕ 'ਚ ਕਰ ਰਿਹਾ, ਉਹਦਾ ਫਰਕ ਪੈਂਦਾ। ਹੁਣ ਕਈ ਜਗ੍ਹਾ 'ਤੇ ਪਬਲਿਕ ਅਵੇਅਰ ਹੋ ਸਕਦੀ ਹੈ ਜਿੱਥੇ ਸਟਾਰਟਿੰਗ ਤੋਂ ਹੀ ਤੁਹਾਨੂੰ ਆਰਟ ਐਜੂਕੇਸ਼ਨ ਦਿੱਤੀ ਗਈ ਹੈ ਨਾ,
ਕਿ ਪਰਫੋਰਮੈਂਸ ਆਰਟ ਹੈ ਕੀ ਜਾਂ ਪਬਲਿਕ ਆਰਟ ਹੈ ਕਿਆ, ਪਰ ਉਹੋ ਜਿਹੀ ਜਗ੍ਹਾ 'ਤੇ ਜਦੋਂ ਤੁਸੀਂ ਆਰਟ ਕਰੋਗੇ ਤਾਂ ਮੇ ਬੀ ਇੱਕ ਅਪਰੋਚ ਡਿਫਰੈਂਟ ਆਏਗੀ ਲੋਕਾਂ ਦੀ। ਪਰ ਜਦੋਂ ਤੁਸੀਂ ਇੱਕਦਮ ਆਪਣੇ ਅਨਟ੍ਰੇਨਡ ਜਗ੍ਹਾ 'ਤੇ ਜਾ ਕੇ ਕੰਮ ਕਰੋਗੇ, ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਆਰਟਿਸਟ ਜੋ ਲੋਕ ਨੇ, ਜੋ ਸਾਡੀ ਪਬਲਿਕ ਹੈ, ਉਹ ਆਪਣੇ ਆਪ ਵਿੱਚ ਸਿਆਣੀ ਹੈ, ਉਹਨੂੰ ਸਿਖਾਉਣ ਦੀ ਲੋੜ ਨਹੀਂ ਹੈ। ਉਹਨਾਂ ਦੇ ਜੋ ਵੀ ਵਿਊਜ਼ ਨੇ ਉਹ ਓਰਿਜਨਲ ਨੇ, ਉਹਨਾਂ ਨੂੰ ਐਕਸੈਪਟ ਕਰਨਾ ਸਾਡਾ ਫਰਜ਼ ਹੈ। ਤੁਸੀਂ ਹਾਂ ਅਥੋਰਿਟੀ ਨੂੰ ਉਹਨਾਂ 'ਤੇ ਪੁਸ਼ ਨਹੀਂ ਕਰ ਸਕਦੇ। ਮੈਂ ਇੱਕ ਐਗਜ਼ਾਮਪਲ ਦਊਂਗਾ, ਸਾਡੇ ਟੀਚਰ ਮੇਰੇ ਕੇ ਪੀ ਸੋਮਨ ਸੀਗੇ, ਉਹਨਾਂ ਨੇ ਕੁਛ ਕੰਮ ਕੀਤੇ ਵਿਲੇਜ ਵਿੱਚ, ਉਹਨਾਂ ਨੇ ਕੁਛ ਸੀਮੈਂਟ ਦੇ ਸਕਲਪਚਰਸ ਬਣਾਏ, ਤਾਂ ਹੀ ਵਾਜ਼ ਦੇਅਰ ਐਜ਼ ਅ ਟੈਕਨੀਸ਼ੀਅਨ ਓਨਲੀ। ਉਹਨਾਂ ਨੇ ਉੱਥੇ ਐਜ਼ ਐਨ ਆਰਟਿਸਟ ਆਪਣੀ ਅਥੋਰਿਟੀ ਉਹ ਨਹੀਂ ਕੀਤੀ, ਪਰ ਉਹਨਾਂ ਨੇ ਲੋਕਾਂ ਨੂੰ ਇਨਵੋਲਵ ਕੀਤਾ ਕਿ ਤੁਸੀਂ ਜੋ ਬਣਾਉਣਾ ਚਾਹੁੰਦੇ ਬਣਾਓ। ਹੀ ਵਾਜ਼ ਦੇਅਰ ਐਜ਼ ਅ ਟੈਕਨੀਕਲ ਅਸਿਸਟੈਂਟ, ਉਹਨਾਂ ਨੇ ਸੀਮੈਂਟ 'ਚ ਕੰਮ ਜੋ ਵੀ ਕਰਨਾ ਹੈ, ਫਿਗਰ ਕਿੱਦਾਂ ਬਣਾਉਣੀ ਹੈ ਜਾਂ ਕੋਈ ਚੀਜ਼ ਕਿੱਦਾਂ ਬਣੇਗੀ, ਹੀ ਵਾਜ਼ ਦੇਅਰ ਟੂ ਅਸਿਸਟ, ਬਟ ਇਹ ਨਹੀਂ ਕਿਹਾ ਕਿ ਤੁਸੀਂ ਇਹ ਬਣਾਓ ਜਾਂ ਇਹ ਬਣਾਓ। ਅੱਜ ਵੀ ਉਹ ਜੋ ਵਿਲੇਜ ਦੇ ਲੋਕ ਨੇ ਉਸ ਕੰਮ ਨੂੰ ਦੇਖਦੇ ਨੇ, ਤਾਂ ਬੱਚੇ ਕਹਿੰਦੇ ਨੇ ਮੈਂ ਬਣਾਇਆ ਸੀ, ਜਾਂ ਇੱਕ ਮੰਮੀ ਕਹੇਗੀ ਜਾਂ ਮੈਂ ਬਣਾਇਆ ਸੀ, ਤਾਂ ਦੇ ਆਰ ਇਕੁਅਲੀ ਇਨਵੋਲਵਡ ਐਜ਼ ਐਨ ਆਰਟਿਸਟ, ਨੋਟ ਐਜ਼ ਅ ਲੇਬਰਰ। ਤਾਂ ਇਹ ਜ਼ਰੂਰੀ ਹੈ ਕਿ ਤੁਹਾਡੀ ਅਪਰੋਚ ਕਿੱਦਾਂ ਦੀ ਹੈ। ਤੁਸੀਂ ਤੁਹਾਡੇ ਵਰਕਸ ਵਿੱਚ ਯੂਜੂਅਲੀ ਯੂ ਨੋ ਦੇਰ ਇਜ਼ ਸਮ ਕਾਈਂਡ ਆਫ ਸੋਸ਼ਲ ਪੋਲੀਟੀਕਲ ਔਰ ਇਨਵਾਇਰਮੈਂਟਲ ਕੰਟੈਕਸਟ, ਹਾਊ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਅੱਜ ਕੱਲ੍ਹ ਦਾ ਆਰਟਿਸਟ ਹੈ ਕਿ ਉਹਦੇ ਲਈ ਇਹ ਜ਼ਰੂਰੀ ਹੈ ਕਿ ਆਪਣੇ ਇਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਜਾਵੇ? ਬਿਲਕੁਲ ਜ਼ਰੂਰੀ ਨਹੀਂ ਹੈ। ਬਹੁਤ ਤਰ੍ਹਾਂ ਦੇ ਆਰਟਿਸਟ ਨੇ, ਬਹੁਤ ਤਰ੍ਹਾਂ ਦਾ ਆਰਟ ਵਰਕ ਹੋ ਰਿਹਾ, ਅਤੇ ਅਵੇਅਰਨੈਸ ਹੋਣੀ ਜ਼ਰੂਰੀ ਹੈ। ਮੈਂ ਕਹੂੰਗਾ ਕਿ ਉਹ ਚੀਜ਼ ਨੂੰ ਡਾਇਰੈਕਟਲੀ ਦਿਖਾਉਣਾ ਜਾਂ ਸਾਰੇ ਇੱਕੋ ਹੀ ਲਾਈਨ ਵਿੱਚ ਕੰਮ ਨਹੀਂ ਕਰ ਸਕਦੇ। ਦੇਗੋ ਰਿਵੇਰਾ ਵਰਗੇ ਆਰਟਿਸਟ ਵੀ ਸੀ ਜਿਨ੍ਹਾਂ ਦੇ ਮਿਊਰਲਸ 'ਤੇ ਕੁਐਸਚਨ ਵੀ ਹੋਏ, ਹੈ ਨਾ, ਅਤੇ ਡੇਗੋ ਰਿਵੇਰਾ ਵਾਜ਼ ਅਗੇਨ ਵੈਰੀ ਪੋਲੀਟੀਕਲ। ਹਾਂ, ਪੋਲੀਟੀਕਲ ਸੀਗਾ। ਉੱਦਾਂ ਦੇ ਸੋਚ ਵਾਲੇ ਆਰਟਿਸਟ ਵੀ ਨੇ ਜੋ ਡਾਇਰੈਕਟ ਕਰ ਰਹੇ ਨੇ, ਹੈ ਨਾ, ਪਰ ਇੱਦਾਂ ਦੇ ਆਰਟਿਸਟ ਵੀ ਨੇ ਜੋ ਉਸ ਤੋਂ ਬਚਦੇ ਵੀ ਨੇ, ਹੈ ਨਾ। ਡਾਇਰੈਕਟ ਕੰਮ ਕਰਨਾ ਇੰਨਾ ਈਜ਼ੀ ਵੀ ਨਹੀਂ ਰਿਹਾ, ਜਿਵੇਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਇੰਨਾ ਈਜ਼ੀ ਨਹੀਂ ਰਿਹਾ ਆਪਣੀ ਕੰਟਰੀ ਵਿੱਚ। ਰਾਈਟ, ਤਾਂ ਜ਼ਰੂਰੀ ਨਹੀਂ ਹੈ ਕਿ ਬਹੁਤ ਡਾਇਰੈਕਟ ਅਪਰੋਚ ਹੀ ਰੱਖਣੀ ਪਏਗੀ ਹਰ ਕੰਮ ਲਈ। ਆਰਟ ਦਾ ਜੋ ਬੇਸਿਕ ਮਕਸਦ ਹੈ ਜੋ ਮੈਂ ਸਮਝਦਾ, ਉਹ ਹੈ ਇਮੋਸ਼ਨਲੀ ਟੱਚ ਹੋਣਾ। ਕੋਈ ਵੀ ਤੁਹਾਡਾ ਟੋਪਿਕ ਹੈ ਉਸਨੂੰ ਇੱਕ ਇਮੋਸ਼ਨਲ ਤਰੀਕੇ ਨਾਲ ਤੁਸੀਂ ਇੰਗੇਜ ਕਰਦੇ ਹੋ, ਜੋ ਕਿ ਜ਼ਿਆਦਾ ਤਾਕਤਵਰ ਹੈ। ਇੱਕ ਡਾਇਰੈਕਟ ਕਿਸੇ ਹਮਲਾ ਕਰ ਦੇਣਾ, ਇੱਕ ਪੁਲਿਸ ਅਪਰੋਚ, ਇੱਕ ਅਥੋਰਿਟੀ ਆ, ਉਹਦੇ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਤਾਂ ਆਰਟ ਹੁੰਦਾ ਹੈ, ਜੋ ਤੁਹਾਨੂੰ ਇਮੋਸ਼ਨਲੀ ਚਾਰਜ ਕਰਦਾ। ਬਿਲਕੁਲ ਬਿਲਕੁਲ ਸਹੀ। ਉਸੇ ਗੱਲ ਨੂੰ ਕਹਿਣ ਦਾ ਮਤਲਬ ਅਸੀਂ ਜੋ ਇਹ ਇਸੇ ਤਰ੍ਹਾਂ ਤਾਂ ਹੀ ਜੋ ਆਰਟਿਸਟ ਲੋਕ ਨੇ ਜਾਂ ਆਰਟ ਵਰਕਸ ਨੇ ਉਹ ਜ਼ਿਆਦਾ ਚੈਲੇਂਜਿੰਗ ਰਹੇ ਨੇ ਸੋਸਾਇਟੀ ਵਿੱਚ ਜਾਂ ਹਿਸਟਰੀ ਵਿੱਚ ਵੀ, ਜਿਨ੍ਹਾਂ ਨੇ ਚੇਂਜ ਵੀ ਕੀਤੀ ਸੋਸਾਇਟੀ। ਤੁਸੀਂ ਕਾਲਜ ਆਫ ਆਰਟ ਵਿੱਚ ਟੀਚ ਕਰ ਰਹੇ ਹੋ, ਜਿਹੜੇ ਆਪਣੇ ਪੰਜਾਬ ਵਿੱਚ ਆਰਟ ਇੰਸਟੀਟਿਊਸ਼ਨਸ ਨੇ, ਤੁਹਾਨੂੰ ਕੀ ਲੱਗਦਾ ਇਹ ਕਿੰਨੇ ਕਾਮਯਾਬ ਨੇ ਪੰਜਾਬ ਦੇ ਵਿੱਚ? ਅਗਰ ਆਪਾਂ ਦੇਖੀਏ ਤਾਂ ਆਪਣੀ ਆਰਟਿਸਟਸ ਦੀ ਜਨਰੇਸ਼ਨਸ ਜਾਂ ਪੀੜ੍ਹੀਆਂ ਦੇ ਵਿੱਚ ਆਪਣੇ ਕੋਲ ਕੋਈ ਖਾਸ ਦੌਲਤ ਨਹੀਂ ਹੈ, ਕੀ ਤੁਹਾਨੂੰ ਲੱਗਦਾ ਇਸ ਸਿਸਟਮ ਦੇ ਵਿੱਚ ਹੁੰਦੇ ਹੋਏ ਕੀ ਚੀਜ਼ਾਂ ਦੀ ਲੋੜ ਹੈ, ਕੀ ਚੀਜ਼ਾਂ ਨੂੰ ਬਦਲਣ ਦੀ ਲੋੜ ਹੈ, ਕਿ ਨਵੀਂ ਚੀਜ਼ ਦੀ ਜ਼ਰੂਰਤ ਹੈ? ਮੈਂ ਆਰਟ ਕਾਲਜ ਦੀ ਗੱਲ ਕਰਾਂ ਜਾਂ ਇੱਕ ਕਨਵੈਨਸ਼ਨਲ ਇੰਸਟੀਟਿਊਸ਼ਨ ਦੀ ਗੱਲ ਕਰਾਂ ਜੋ ਆਰਟ ਨੂੰ ਸਿਖਾ ਰਹੇ ਨੇ, ਕੋਟ ਐਂਡ ਕੋਟ ਆਰਟ ਨੂੰ, ਤਾਂ ਉਹ ਸਿਲੇਬਸ ਜੋ ਵਰਡ ਹੈ ਨਾ,
ਉਹ ਹਰ ਜਗ੍ਹਾ ਚੇਂਜ ਹੋਣ ਦੀ ਲੋੜ ਹੈ। ਚਾਹੇ ਮੈਂ ਇਹ ਨਹੀਂ ਕਹੂੰਗਾ ਕਿ ਸਿਰਫ ਪੰਜਾਬ ਵਿੱਚ, ਮੈਂ ਚੰਡੀਗੜ੍ਹ ਦਾ ਵੀ ਜਾਂ ਜਿੱਥੇ ਵੀ ਹੋਰ ਵੀ ਅਸੀਂ ਕਨਵੈਨਸ਼ਨਲ ਮੀਡੀਅਮਸ ਕਹਿ ਰਹੇ ਹਾਂ, ਉੱਥੇ ਅਸੀਂ ਹਾਲੇ ਵੀ ਸਿੰਪਲ ਟ੍ਰੇਡ ਵਿੱਚ ਫਸੇ ਹੋਏ ਹਾਂ ਕਿ ਇਹੀ ਸਿਖਾਉਣਾ, ਇੱਦਾਂ ਹੀ ਚਾਰ ਟ੍ਰੇਡਸ ਹੋਣਗੇ ਜਾਂ ਸਕਲਪਟਰ ਹੀ ਬਣੇਗਾ ਜਾਂ ਪੇਂਟਿੰਗ ਹੀ ਹੋਏਗੀ। ਉਹ ਵੀ ਰਹਿਣੇ ਚਾਹੀਦੇ ਨੇ, ਮੈਂ ਇੱਦਾਂ ਉਹਨਾਂ ਦੇ ਖਿਲਾਫ ਨਹੀਂ ਹਾਂ, ਬਟ ਦੇਰ ਆਰ ਮੋਰ ਕਨਵੈਨਸ਼ਨਲ ਨਾਓ, ਹੁਣ ਕਹਿ ਸਕਦੇ ਹਾਂ ਕਿ ਫੋਰਮਸ ਆ ਗਈਆਂ ਨੇ, ਉਹ ਵੀ ਹੁਣ ਕਨਵੈਨਸ਼ਨਲ ਹੀ ਹੋ ਗਈਆਂ ਨੇ। ਵੀਡੀਓ ਵੀ ਕਦੋਂ ਦੀ ਚੱਲ ਰਹੀ ਹੈ, ਫੋਰਮਸ ਵੀ ਕਦੋਂ ਦੀ ਚੱਲ ਰਹੀ ਹੈ, ਉਹ ਵੀ ਹੁਣ ਇੱਕ ਤਰ੍ਹਾਂ ਦੇ ਉਹਨਾਂ ਦੇ ਵੀ ਸਿਲੇਬਸ ਬਣਨਾ ਚਾਹੀਦਾ। ਵੈਰੀ ਰਾਈਟ। ਉਹ ਵੀ ਹੁਣ ਜੇ ਅਸੀਂ ਉਸਨੂੰ ਵੀ ਸਿਖਾਈਏ ਤਾਂ ਡੈਫੀਨੇਟਲੀ ਇੱਕ ਮੈਂ ਸਿਰਫ ਸਕਲਪਚਰ ਨਾ ਬਣਾ ਕੇ ਉਹਦੇ ਨਾਲ ਮੈਂ ਸਾਊਂਡ ਵੀ ਯੂਜ਼ ਕਰਨ ਦਾ ਆਈ ਵਿਲ ਬੀ ਕੈਪੇਬਲ, ਕਿ ਮੈਂ ਹੋ ਸਕਦਾ ਉਸ 'ਤੇ ਯੂਜ਼ ਕਰਾਂ, ਹੈ ਨਾ, ਉਹਦੀ ਡਾਇਮੈਂਸ਼ਨਸ ਨੂੰ ਹੋਰ ਵਧਾਵਾਂ। ਜਦਕਿ 3D ਤੋਂ ਲੈ ਕੇ 7, 8D, 9D ਕਿੰਨੇ ਵੀ ਡਾਇਮੈਂਸ਼ਨਸ ਵੱਧ ਸਕਦੀਆਂ, ਪਰ ਉਹ ਤਾਂ ਹੀ ਹੋਏਗਾ ਜੇ ਅਸੀਂ ਬੱਚਿਆਂ 'ਚ ਉਹ ਚੀਜ਼ ਨੂੰ ਇੰਬਾਈਬ ਕਰਾਈਏ। ਅਤੇ ਥਿਊਰੀ ਬੇਸਡ ਹੈ ਆਪਣੇ ਕਾਲਜ ਦੇ ਵਿੱਚ, ਅਗਰ ਥਿਊਰੀ ਬੇਸਡ ਹੈ, ਵਾਟ ਅਬਾਊਟ ਕੰਟੈਂਪਰੇਰੀ ਆਰਟ ਐਜੂਕੇਸ਼ਨ? ਇਸੇ 'ਤੇ ਹੀ ਆ ਰਹੇ ਹਾਂ, ਜੋ ਕੰਟੈਂਪਰੇਰੀ ਆਰਟ ਐਜੂਕੇਸ਼ਨ ਹੈ ਉਹ ਬਾਉਂਡਡ ਨਹੀਂ ਹੈ ਫੋਰ ਦਾ, ਮੈਂ ਕਹਿ ਸਕਦਾ ਕਿ ਸਟ੍ਰੀਮਸ ਵਿੱਚ ਜਾਂ ਫੀਲਡਸ ਵਿੱਚ। ਉਹ ਤੁਹਾਨੂੰ ਅਲਾਓ ਕਰਦੀ ਹੈ ਕਿ ਤੁਸੀਂ ਇੰਟਰ ਡਿਸਿਪਲਿਨ 'ਚ ਜਾ ਸਕਦੇ ਹੋ। ਮੈਂ ਲਾਈਕ ਪੇਂਟਰ ਨਾ ਹੋ ਕੇ ਮੈਂ ਨਾਲ ਵੀਡੀਓ ਵੀ ਕਰ ਸਕਦਾ ਪੇਂਟਿੰਗ ਦੇ ਉੱਤੇ ਪ੍ਰੋਜੈਕਸ਼ਨ, ਜਾਂ ਮੈਂ ਜੇ ਸਾਊਂਡ ਚਾਹੁੰਦਾ ਇੱਕ ਸਕਲਪਚਰ ਦੇ ਉੱਤੇ ਦੇ ਨਾਲ ਤਾਂ ਮੈਂ ਯੂਜ਼ ਕਰ ਸਕਦਾ। ਮੈਨੂੰ ਇੰਨੀ ਫਰੀਡਮ ਹੋਣੀ ਜ਼ਰੂਰੀ ਹੈ ਕਿ ਮੈਂ ਪੁੱਛਾਂ ਨਾ ਕਿ ਇਹ ਕਿਉਂ ਹੋ ਰਿਹਾ ਜਾਂ ਨਹੀਂ, ਕਿਉਂਕਿ ਇੱਦਾਂ ਦੀ ਪ੍ਰੈਕਟਿਸਿਸ ਪੂਰੀ, ਆਈ ਥਿੰਕ ਜੇ 20th century ਆਰਟ ਹੈ, 20th century ਆਰਟ ਵਿੱਚ ਸਾਰਾ ਵਿੱਚ ਸਭ ਕੁਛ ਹੋਣਾ ਸ਼ੁਰੂ ਹੋ ਗਿਆ ਸੀ। 20th century ਆਰਟ ਮੈਂ ਕਹਾਂਗਾ ਸਾਰਾ ਇਨ ਟੋਟਲ, ਜਾਂ ਫੋਰਮ 'ਚ ਚੈਲੇਂਜਸ ਵੀ ਨੇ, ਜਾਂ ਕਾਇਨੈਟਿਕ ਸਕਲਪਚਰ ਤਾਂ ਉਹਨੇ ਕਦੋਂ ਸਾਈਕਲ ਰੱਖਤਾ ਸੀ ਮਾਰਸ਼ਲ ਦਿਸ਼ਾਮ ਨੇ, ਐਗਜ਼ੈਕਟਲੀ ਮੂਵਿੰਗ, ਅਤੇ ਤਾਂ ਸੋਲੇਵਿਟ ਨੇ ਕਦੋਂ ਕਰਤਾ ਸੀ ਕੰਮ, ਜਦੋਂ ਉਹਨੇ ਕਾਇਨੈਟਿਕ ਇਲੈਕਟ੍ਰੀਸਿਟੀ ਦਾ ਯੂਜ਼ ਕੀਤਾ ਸੀਗਾ ਵੇ ਬੈਕ ਇਨ 1920s or 1930s ਅਰਾਊਂਡ। ਤਾਂ ਮੈਂ ਕਹਿ ਸਕਦਾ ਕਿ ਜੋ ਚੈਲੇਂਜਸ ਆਰਟਿਸਟ ਨੇ ਪਹਿਲਾਂ ਇੰਨੇ ਲਏ ਨੇ, ਅਸੀਂ ਆਰਟ ਹਿਸਟਰੀ ਵਿੱਚ ਪੜ੍ਹਦੇ ਵੀ ਹਾਂ, ਪੜ੍ਹਨ ਤੋਂ ਬਾਅਦ ਵੀ ਅਸੀਂ ਉਸਨੂੰ ਐਗਜ਼ੀਕਿਊਟ ਕਰਨ ਲਈ ਅਸੀਂ ਨਹੀਂ ਕਰ ਪਾ ਰਹੇ, ਕਿਉਂਕਿ ਔਰ ਸਿਲੇਬਸ ਆਰ ਨੋਟ ਅਲਾਇੰਗ ਅਸ ਟੂ ਡੂ ਦੈਟ। ਉੱਥੇ ਅਸੀਂ ਕਿਤੇ ਜਾ ਕੇ ਫਸ ਜਾਂਦੇ ਹਾਂ। ਦੇਰ ਇਜ਼ ਅ ਨੀਡ ਟੂ ਚੇਂਜ ਦ ਸਿਲੇਬਸ। ਹਾਂ, ਉਹ ਜੇ ਹੁੰਦਾ ਵੀ ਹੈ ਤਾਂ ਅੱਛੀ ਗੱਲ ਹੈ, ਮੈਂ ਕਹੂੰਗਾ ਕਿ ਉਹ ਜ਼ਿਆਦਾ ਬੈਨੀਫਿਸ਼ੀਅਰੀ ਹੋ ਸਕਦਾ ਸਟੂਡੈਂਟਸ ਲਈ। ਮੈਂ ਕਨਵੈਨਸ਼ਨ ਦੇ ਬਿਲਕੁਲ ਖਿਲਾਫ ਨਹੀਂ ਹਾਂ, ਬਟ ਹਾਂ ਜੇ ਹੋਰ ਡਾਇਮੈਂਸ਼ਨਸ ਆਉਂਦੀਆਂ ਨੇ ਤਾਂ ਉਹਨਾਂ ਨੂੰ ਵੀ ਸਵਾਗਤ ਕੀਤਾ ਜਾਣਾ ਚਾਹੀਦਾ। ਤੁਸੀਂ ਸ਼ਾਂਤੀ ਨਿਕੇਤਨ ਵਿੱਚ ਆਰਟਿਸਟ ਰੈਜ਼ੀਡੈਂਸੀ 'ਤੇ ਗਏ ਹੋ, ਰਾਜਸਥਾਨ ਵਿੱਚ ਸੰਦਰਭ ਅਟੈਂਡ ਕੀਤਾ, ਉੱਥੋਂ ਦੇ ਤੁਹਾਡੇ ਕੁਛ ਐਕਸਪੀਰੀਅੰਸਿਸ? ਜਦੋਂ ਅਸੀਂ ਪੜ੍ਹ ਰਹੇ ਸੀਗੇ MFA ਵਿੱਚ ਤਾਂ ਉੱਥੇ ਅਸੀਂ ਕਾਲਜ ਜੋ ਪ੍ਰੈਕਟਿਸ ਕਰ ਰਹੇ ਹਾਂ ਉਹ ਤਾਂ ਕਰ ਹੀ ਰਹੇ ਹਾਂ, ਪਰ ਜਦੋਂ ਤੁਸੀਂ ਇਹੋ ਜਿਹੇ ਮੌਕੇ ਤੁਹਾਨੂੰ ਮਿਲਦੇ ਨੇ, ਵੈਨ ਯੂ ਗੈਟ ਦੀਸ ਕਾਇੰਡ ਆਫ ਚਾਂਸਿਸ ਟੂ ਗੋ ਅਵੇ ਫੋਰ 10 or 20 days ਫਰੋਮ ਯੂਰ ਇੰਸਟੀਟਿਊਟ ਟੂ ਲਾਈਕ ਰਿਫਰੈਸ਼ ਯੂਰਸੈਲਫ, ਨਵੀਂ ਜਗ੍ਹਾ 'ਤੇ ਇੱਕ ਨਵੀਂ ਐਕਸਪੀਰੀਅੰਸ ਲੈਣਾ। ਆਈ ਵਾਜ਼ ਸਟੂਡੈਂਟ ਆਫ ਬੜੌਦਾ ਅਤੇ ਮੈਨੂੰ ਆਈ ਵਾਜ਼ ਲਾਈਕ ਗੈਟਿੰਗ ਚਾਂਸ ਟੂ ਵਿਜ਼ਿਟ ਸ਼ਾਂਤਿਨਿਕੇਤਨ, ਅਤੇ ਉਹ ਆਪਣੇ ਵਿੱਚ ਦੋਨੋਂ ਇੱਕ ਚੰਗੇ ਇੰਸਟੀਟਿਊਟਸ ਨੇ, ਅਤੇ ਆਈ ਵਾਜ਼ ਰੀਲੀ ਲੱਕੀ ਕਿ ਮੈਨੂੰ ਚਾਂਸ ਮਿਲਿਆ ਸ਼ਾਂਤਿਨਿਕੇਤਨ ਵਿੱਚ। ਤੋ ਮੈਂ ਕੁਛ ਪਲੈਨ ਨਹੀਂ ਕੀਤਾ ਸੀ ਕਿ ਮੈਂ ਕੀ ਕਰਨਾ ਉੱਥੇ ਜਾਣ ਲਈ, ਕਿਉਂਕਿ ਇੱਕ ਵਰਕਸ਼ਾਪ ਹੈ ਇੰਟਰ ਡਿਸਿਪਲਨਰੀ ਨੈਸ਼ਨਲ ਲੈਵਲ ਦੀ ਵਰਕਸ਼ਾਪ ਸੀ, ਬੈਂਗਲੋਰ ਤੋਂ ਕਾਫੀ ਜਗ੍ਹਾ ਤੋਂ ਬੱਚੇ ਆਏ ਸੀ ਉੱਥੇ। ਤੋ ਉੱਥੇ ਫਿਰ ਜੋ ਸਪੇਸ ਹੈ ਉੱਥੇ ਮੈਂ ਸੁਣਿਆ ਸੀ ਕਿ ਕਾਫੀ ਲਾਈਵਲੀ ਹੈ, ਕਾਫੀ ਨੈਚੁਰਲ ਹੈ, ਅਤੇ ਉੱਥੇ ਦਾ ਜੋ ਇਨਵਾਇਰਮੈਂਟ ਹੈ ਉਹ ਕਾਫੀ ਚੇਂਜ ਹੈ
ਬੜੌਦਾ ਨਾਲ ਓਕੇ ਤਾਂ ਜਦੋਂ ਮੈਂ ਟਰੈਵਲ ਕਰਕੇ ਗਿਆ ਉੱਥੇ ਤਾਂ ਉੱਥੇ ਫਿਰ ਕਾਫੀ ਵਿੰਡੀ ਸੀ, ਕਾਫੀ ਹਵਾ ਚੱਲਦੀ ਸੀ, ਕਾਫੀ ਅਲੱਗ ਤਰ੍ਹਾਂ ਦਾ ਐਟਮੋਸਫੇਅਰ, ਬਹੁਤ ਚੰਗਾ ਲੱਗਿਆ ਮੈਨੂੰ ਸ਼ਾਂਤੀ ਕਹਿੰਦੇ 'ਚ। ਉਹਦੇ ਫਿਰ ਮੈਂ ਉਹਦੇ ਅਕੋਰਡਿੰਗ ਕੁਛ ਇੱਕ ਪੱਖੇ ਬਣਾਏ ਸੀ ਮੈਨੇ ਕਾਗਜ਼ ਦੇ, ਜੋ ਅਸੀਂ ਛੋਟੇ ਹੁੰਦੇ ਯੂਜ਼ ਕਰਦੇ ਸੀਗੇ। ਉਹ ਆਈ ਜਸਟ ਵਾਂਟਡ ਟੂ ਯੂਜ਼ ਪੇਪਰ ਐਜ਼ ਏ ਮੀਡੀਅਮ, ਕਿ ਉਹ ਵੀ ਯੂਜ਼ ਕੀਤਾ ਜਾ ਸਕਦਾ ਕੰਮ ਵਿੱਚ ਕਿ ਨਹੀਂ, ਕੁਛ ਇਹੋ ਜਿਹਾ ਕੰਮ, ਕੁਛ ਇਹੋ ਜਿਹਾ ਮਟੀਰੀਅਲ ਜੋ ਉੱਥੇ ਡਿਸੋਲਵ ਹੋ ਸਕੇ। ਓਕੇ, ਸੋ ਡਜ਼ ਇਟ ਆਲਸੋ ਕਿ ਮੈਂ ਵਾਪਸ ਨਾ ਲੈ ਕੇ ਆਵਾਂ? ਕਿ ਇਹ ਕੰਮ ਤੁਹਾਡਾ, ਤੁਸੀਂ ਇਹਨੂੰ ਟਾਈਮ ਬੇਸਡ ਵਰਕ ਵੀ ਸੋਚਦੇ ਹੋ ਜਾਂ ਮੂਮੈਂਟ ਬੇਸਡ ਵਰਕ? ਕਹਿ ਸਕਦੇ ਹੋ ਕਿ ਸਾਈਟ ਸਪੈਸਿਫਿਕ, ਸਾਈਟ ਸਪੈਸਿਫਿਕ ਵੀ ਹੈ ਉਹ, ਅਤੇ ਉਹ ਮੂਮੈਂਟ ਬੇਸਡ ਵੀ ਹੋ ਸਕਦਾ ਹੈ, ਅਤੇ ਉਹ ਇੰਟਰੈਕਟਿਵ ਵੀ ਹੈ, ਕਿਉਂਕਿ ਲੋਕ ਉਹ ਐਕਚੁਅਲੀ ਉਹ ਤੁਸੀਂ ਉਸ ਕੰਮ ਦੇ ਅੰਦਰ ਜਾ ਸਕਦੇ ਹੋ। ਓਕੇ, ਇਟ ਵਾਸ ਕੁਆਇਟ ਵਾਸਟ, ਮੋਰ ਆਫ ਐਨ ਇਮਰਸਿਵ ਇੰਸਟਾਲੇਸ਼ਨ, ਕੁਆਇਟ ਆਫ ਲਾਈਕ 40 ਫੀਟ ਵਾਸਟ, ਕੁਝ ਇੱਦਾਂ ਕੁਝ ਫੈਲਿਆ ਹੋਇਆ ਸੀਗਾ, 40 ਫੀਟ ਬਾਏ 30 ਫੀਟ। ਓਕੇ, ਅਤੇ ਅਰਾਊਂਡ 2000 ਪੱਖੇ ਸੀਗੇ ਜਦੋਂ ਬਣਾਏ ਸੀ, ਅਤੇ ਉਹ ਉਹਦੇ ਵਿੱਚ ਤੁਸੀਂ ਜਾ ਕੇ ਬੈਠਣਾ, ਦੇਰ ਵਾਜ਼ ਅ ਸਰਕਲ ਇਨਸਾਈਡ ਇਟ, ਯੂ ਗੋ ਇਨ ਟੂ ਇਟ, ਉੱਥੇ ਇੱਕ ਸਕੈਚ ਬੁੱਕ ਸੀ, ਤੁਸੀਂ ਵਟ ਐਵਰ ਯੂ ਫੀਲ ਅਬਾਊਟ ਦੈਟ ਵਰਕ ਯੂ ਹੈਵ ਟੂ ਰਾਈਟ ਯੂਅਰ ਰਿਵਿਊਜ਼ ਇਨ ਦੈਟ ਔਨ ਦਾ ਫੈਨ, ਔਨ ਦਾ ਸਕੈਚ ਬੁੱਕ। ਓਕੇ, ਅਤੇ ਮੇਰੇ ਕੋਲ ਅੱਜ ਵੀ ਉਹ ਸਕੈਚ ਬੁੱਕ ਪਈ ਹੈ, ਲੋਕਾਂ ਦੇ ਜੋ ਵੀ ਓਰਿਜਨਲ ਵਿਊਜ਼ ਸੀਗੇ, ਕਿਉਂਕਿ ਹੈ ਤਾਂ ਕੋਈ ਵੀ ਚੀਜ਼ ਹੈ ਜਿਵੇਂ ਫੈਨਸ ਨੇ ਜਾਂ ਅਸੀਂ ਬਣਾਉਂਦੇ ਹਾਂ, ਪਰ ਜਦੋਂ ਉਸਦਾ ਕੰਟੈਕਸਟ ਚੇਂਜ ਹੋ ਜਾਂਦਾ, ਜਦੋਂ ਉਸਦਾ ਡਿਸਪਲੇ ਚੇਂਜ ਹੋ ਜਾਂਦਾ ਨਾ, ਫਿਰ ਉਸਦਾ ਜੋ ਇਮੋਸ਼ਨ ਹੈ ਜਾਂ ਉਸਦਾ ਜੋ ਇੰਪੈਕਟ ਹੈ ਔਨ ਦਾ ਵਿਊਵਰ, ਉਹ ਉਹਨੂੰ ਉਸੇ 'ਚ ਮੈਨੂੰ ਮਜ਼ਾ ਆਉਂਦਾ ਦੇਖਣ 'ਚ, ਉਹਨੇ ਰਿਕਾਰਡ ਕਰਨ 'ਚ, ਉਹੀ ਪਲੇਫੁਲਨੈਸ ਮੈਨੂੰ ਉਦੋਂ ਮੈਂ ਜੋ ਕੰਮ ਕਰ ਰਿਹਾ ਸੀਗਾ ਉਹ ਮੈਨੂੰ ਅੱਛਾ ਲੱਗਿਆ। ਅਤੇ ਜੇ ਸੰਦਰਭ ਦੀ ਗੱਲ ਕਰਾਂ, ਸੰਦਰਭ ਵਿੱਚ ਮੈਨੇ ਜੋ ਕੰਮ ਕੀਤੇ ਸੀ ਉਹ ਵੀ ਕਾਫੀ ਚੈਲੇਂਜਿੰਗ ਹੀ ਸੀਗੇ। ਆਈ ਵਾਜ਼ ਚੈਲੇਂਜਿੰਗ ਦਾ ਨੋਰਮਸ ਆਫ ਆਰਟ ਇਨ ਜਨਰਲ ਐਟ ਦੈਟ ਟਾਈਮ, ਕਿ ਆਰਟ ਹੈ ਕਿਆ, ਉਹੀ ਚੀਜ਼ਾਂ ਕਿ ਆਰਟ ਨੂੰ ਡਿਸਪਲੇ ਕਰਨਾ ਜ਼ਰੂਰੀ ਹੈ ਗੈਲਰੀਜ਼ ਵਿੱਚ। ਨੋ, ਨਾਓ ਆਈ ਗੋਟ ਦੈਟ ਚਾਂਸ ਕਿ ਮੈਨੂੰ ਉਹ ਆਰਟ ਇੱਕ ਪਬਲਿਕ ਸਪੇਸ 'ਚ ਜਗ੍ਹਾ ਡਿਸਪਲੇ ਕਰਨਾ ਸੀ, ਕਿ ਜੋ ਪ੍ਰਤਾਪਪੁਰ ਜੋ ਜਗ੍ਹਾ ਹੈ ਜਿੱਥੇ ਸੁੰਦਰ ਵਰਕਸ਼ਾਪ ਹੋਈ ਸੀ, ਉਹ ਚਿੰਤਨ ਉਪਾਧਿਆ ਦੇ ਪਿੰਡ ਹੈ ਉਹਨਾਂ ਦੇ, ਉੱਥੇ ਹੀ ਉਹ ਇੱਕ ਵਿਲੇਜ ਵਿੱਚ ਕਾਫੀ ਸਾਰੀ ਐਕਟੀਵਿਟੀਜ਼ ਹੋ ਚੁੱਕੀਆਂ ਸੀ ਉਹ 2 ਜਾਂ 3 ਸਾਲ ਤੋਂ ਪਹਿਲਾਂ, ਪਬਲਿਕ ਆਰਟ ਦੇ ਵਿੱਚ ਜਾਂ ਕੋਈ ਪਰਫੋਰਮੈਂਸ ਹੋ ਗਈ ਜਾਂ ਕੋਈ ਵੀਡੀਓ ਹੋ ਗਈ, ਤਾਂ ਲੋਕ ਕਾਫੀ ਅਵੇਅਰ ਸੀਗੇ, ਇੱਥੇ ਇੰਟਰਨੈਸ਼ਨਲ ਆਰਟਿਸਟ ਜਾਂ ਨੈਸ਼ਨਲ ਲੈਵਲ ਦੇ ਆਰਟਿਸਟ ਆਉਂਦੇ ਰਹਿੰਦੇ ਨੇ ਅਤੇ ਕੁਛ ਨਾ ਕੁਛ ਕਰਦੇ ਰਹਿੰਦੇ ਆ, ਤਾਂ ਦੇ ਆਰ ਵੈਰੀ ਸਪੋਰਟਿਵ। ਉਹਨਾਂ ਨੇ ਮੇਰੇ ਵੀ ਕੋਲ ਹੈਲਪ ਕੀਤੀ ਉੱਥੇ, ਫਿਰ ਮੈਂ 2 ਤਰ੍ਹਾਂ ਦੇ ਕੰਮ ਕੀਤੇ ਸੀ। ਇੱਕ ਤਾਂ ਉੱਥੇ ਫੇਅਰ ਲੱਗਿਆ ਹੋਇਆ ਸੀ ਬਹੁਤ ਵੱਡਾ, ਉੱਥੇ ਮੈਨੇ ਕੁਛ ਬੈਲੂਨਸ 'ਤੇ ਜੋ ਸੀ ਹਿੱਟ ਕਰਦੇ ਹਾਂ, ਨਿਸ਼ਾਨੇ ਲਗਾਉਂਦੇ ਹਾਂ, ਉਹਦੇ ਵਿੱਚ ਮੈਂ ਕੁਛ ਰਾਈਟਿੰਗਸ ਲਿਖ ਰਿਹਾ ਸੀਗਾ ਰਿਲੇਟਡ ਟੂ ਆਰਟ, ਰਿਲੇਟਡ ਟੂ ਕਲਚਰ, ਤਾਂ ਯੂ ਹੈਵ ਟੂ ਏਮ ਐਟ ਦੋਜ਼ ਲਾਈਕ ਲੈਟਰਸ, ਤੁਸੀਂ ਹਿੱਟ ਕਰਦੇ ਹੋ, ਤੁਸੀਂ ਪੜ੍ਹਨਾ ਹੈ ਪੜ੍ਹੋ ਜਾਂ ਨਹੀਂ ਪੜ੍ਹਨਾ, ਤੁਸੀਂ ਉਹਨੂੰ ਦੇਖਦੇ ਹੋ ਕਿ ਇਹ ਕੁਛ ਨਵਾਂ ਲਿਖਿਆ ਹੋਇਆ ਯੂਜੁਅਲ ਤੋਂ। ਜਦੋਂ ਤੁਸੀਂ ਇੰਟਰੈਕਟਿਵ ਜਾਂ ਇਮਰਸਿਵ ਵਰਕਸ ਕਰਦੇ ਹੋ, ਇੱਕ ਸਾਈਡ ਦੇ ਉੱਤੇ ਉਹ ਕੰਮ ਹੋ ਗਿਆ, ਤੁਸੀਂ ਉਸ ਕੰਮ ਦੀ ਡਾਕੂਮੈਂਟੇਸ਼ਨ ਕਰ ਲਈ, ਸੇ ਫੋਰ ਐਗਜ਼ਾਮਪਲ ਯੂ ਵਾਂਟ ਟੂ ਰੀਪ੍ਰਜੈਂਟ ਦੈਟ ਵਰਕ, ਉਹਨੂੰ ਫਿਰ ਤੋਂ ਕਿਸੇ ਹੋਰ ਜਗ੍ਹਾ 'ਤੇ ਪ੍ਰਜੈਂਟ ਕਰਨਾ, ਉਸ ਕੇਸ ਦੇ ਵਿੱਚ ਤੁਸੀਂ ਕੀ ਚੈਲੇਂਜਸ ਦੇਖਦੇ ਹੋ? ਪਹਿਲੀ ਗੱਲ ਤਾਂ ਇੱਕ ਜੋ ਵਰਕ ਜਿੱਥੇ ਹੋ ਗਿਆ ਸਾਈਟ ਸਪੈਸੀਫਿਕ ਸਪੈਸ਼ਲੀ, ਉਹ ਨਾ ਤਾਂ ਡਾਕੂਮੈਂਟ ਦੇ ਥਰੂ ਕਿਤੇ ਦਿਖਾਇਆ ਜਾ ਸਕਦਾ ਅਸਲ ਵੇ ਵਿੱਚ, ਨਾ ਤਾਂ ਕਿਤੇ ਹੋਰ ਫੀਲ ਕੀਤਾ ਜਾ ਸਕਦਾ, ਉਹ ਉੱਥੇ ਡੈਡ ਹੋ ਜਾਂਦਾ ਕੰਮ। ਖਾਸ ਕਰ ਜੋ ਸਾਈਟ ਸਪੈਸੀਫਿਕ ਜੋ ਕੰਮ ਹੁੰਦੇ ਨੇ ਉਹ ਤੁਸੀਂ ਉੱਥੇ ਹੀ ਇੰਜੋਏ ਕਰ ਸਕਦੇ ਹੋ, ਉਹਦੀ ਵਾਸਟਨੈਸ, ਉਹਦੀ ਕੁਛ ਵੀ ਐਲੀਮੈਂਟਸ ਨੇ, ਉੱਥੇ ਦੀ ਖੁਸ਼ਬੂ, ਉੱਥੇ ਦਾ ਹਵਾ ਪਾਣੀ, ਉੱਥੇ ਦੇ ਲੋਕ, ਉਹ ਸਿਰਫ ਉੱਥੇ ਹੀ ਉਸ ਕੰਮ ਨੂੰ ਕੰਪਲੀਟ ਕਰਦੇ ਆ।
ਵੈਨ ਯੂ ਟਰੈਵਲ ਡੈਟ ਵਰਕ ਇਨ ਟੂ ਐਨੀ ਵੇਅਰ ਐਲਸ, ਤਾਂ ਉੱਥੇ ਉਹ ਕੰਮ ਦੀ ਵੈਲਿਊ ਉਹ ਨਹੀਂ ਰਹਿਣੀ, ਉਹ ਕੰਮ ਉੱਥੇ ਮਰ ਜਾਏਗਾ। ਜਦੋਂ ਇੱਕ ਆਰਟਿਸਟ ਨੇ ਕੰਮ ਕੀਤਾ ਸੀ 1 & 3 Chairs, ਜੋਸਫ ਕੌਸਤ ਨੇ ਕੀਤਾ ਸੀਗਾ। 1 & 3 Chairs ਕੀ ਸੀਗਾ ਕਿ ਉਹਨੇ ਚੇਅਰ ਦੀ ਇੱਕ ਡੈਫੀਨੇਸ਼ਨ ਸੀ, ਇੱਕ ਅਸਲ ਚੇਅਰ ਸੀ, ਉਸੇ ਚੇਅਰ ਦੀ ਇੱਕ ਫੋਟੋਗ੍ਰਾਫ ਸੀ, ਹੈ ਨਾ। ਇੱਕ ਫੋਟੋਗ੍ਰਾਫ ਜਾਏਗੀ ਤੁਹਾਡੀ ਫੋਟੋਗ੍ਰਾਫਿਕ ਸੈਕਸ਼ਨ 'ਚ, ਚੇਅਰ ਜਾਏਗੀ ਸਕਲਪਚਰ ਸੈਕਸ਼ਨ 'ਚ, ਡੈਫੀਨੇਸ਼ਨ ਜਾਏਗੀ ਲਾਇਬ੍ਰੇਰੀ ਸੈਕਸ਼ਨ 'ਚ, ਤਾਂ ਉਹ ਸਟੋਰ ਕਰਦੇ ਹੋਏ ਕੰਮ ਟੁੱਟ ਜਾਏਗਾ 3 ਜਗ੍ਹਾ ਜਾ ਕੇ। ਤਾਂ ਉਹ ਕੰਮ ਉੱਥੇ ਐਗਜ਼ਿਸਟ ਕਰਦਾ ਜਦੋਂ ਇਕੱਠਾ ਸੀ। ਤਾਂ ਇਨ ਦਾ ਸਿਮਲਰ ਵੇ, ਅਤੇ ਇਸ ਤਰ੍ਹਾਂ ਇਹ ਜੋ ਕੰਮ ਨੇ ਅਸੀਂ ਜੋ ਕਰਦੇ ਹਾਂ ਉਹ ਉੱਥੇ ਐਗਜ਼ਿਸਟ ਕਰਦੇ ਨੇ, ਅਸੀਂ ਜਿਵੇਂ ਸਟੋਰ ਕਰ ਲਈਏ ਮਾਇੰਡ ਵਿੱਚ, ਉਹੀ ਬੈਸਟ ਵੇ ਹੈ। ਹਾਂ, ਇਹ ਅਸੀਂ ਜ਼ਰੂਰ ਕਰਦੇ ਹਾਂ, ਡਾਕੂਮੈਂਟ ਹੋਣਾ ਚਾਹੀਦਾ ਕੰਮ, ਮੇਰੇ ਅਗੇਂਸਟ ਨਹੀਂ ਹੈ, ਫੇਵਰ ਬਟ ਉਹਨੂੰ ਕਿਸੇ ਹੋਰ ਚੱਕ ਕੇ ਅਗਰ ਤੁਸੀਂ ਉਹਨੂੰ ਗੈਲਰੀ ਸਪੇਸ ਦੇ ਵਿੱਚ ਰੀਪ੍ਰੈਜ਼ੈਂਟ ਕਰਦੇ ਹੋ, ਅਕੋਰਡਿੰਗ ਟੂ ਯੂ ਦੈਟ ਇਜ਼ ਨੋਟ ਪੋਸੀਬਲ। ਉਹ ਉਸ ਉਹਨੇ ਲੈਵਲ ਦਾ ਜਾਂ 1% ਅਸੀਂ ਕੰਮ ਨੂੰ ਲੈ ਕੇ ਨਹੀਂ ਆ ਸਕਦੇ, ਰਾਈਟ। ਬਟ ਉਸ ਦਾ ਕੰਟੈਕਸਟ ਵੀ ਚੇਂਜ ਹੋ ਜਾਂਦਾ ਹੈ, ਦੈਨ ਇਟ ਬਿਕਮਸ ਲਾਈਕ ਅ ਡਾਕੂਮੈਂਟਰੀ ਰੀਪ੍ਰੈਜ਼ੈਂਟੇਸ਼ਨ। ਬਿਲਕੁਲ, ਤੇ ਡਾਕੂਮੈਂਟਰੀ ਰੀਪ੍ਰੈਜ਼ੈਂਟੇਸ਼ਨਸ ਵੀ ਕਿੰਨੇ ਪਰਸੈਂਟ ਤੁਹਾਨੂੰ ਇੰਪੈਕਟ ਪਾ ਸਕਦੀਆਂ ਨੇ, ਉਹ ਤੁਹਾਨੂੰ ਸਿਰਫ ਇੱਕ ਇੰਪਰੈਸ਼ਨ ਦੇ ਸਕਦੀਆਂ ਆਫ ਦਾ ਵਰਕ, ਰਾਈਟ। ਉਹ ਤੁਹਾਨੂੰ ਇੰਪੈਕਟ ਨਹੀਂ ਪਾ ਪਾਉਣਗੇ ਉਸ ਕੰਮ ਦਾ ਅਸਲ ਵਿੱਚ। ਹੁਣ ਜਿਵੇਂ ਵਿਮਾ ਸੁੰਦਰਮ ਜੀ ਆਏ ਸੀਗੇ ਬੜੌਦਾ ਵਿੱਚ 2007 ਵਿੱਚ, ਸਾਡੀ ਇੱਕ ਡਰਾਇੰਗ ਵਰਕਸ਼ਾਪ ਸੀ, ਉਦੋਂ ਉਹਨਾਂ ਨੇ ਕੁਛ ਬਿਫੋਰ 15th of August ਉਹਨਾਂ ਨੇ 13 ਜਾਂ 14 ਤਰੀਕ ਨੂੰ ਉਹਨਾਂ ਨੇ 2 ਦਿਨ ਦੀ ਵਰਕਸ਼ਾਪ ਕੀਤੀ ਸੀ, ਡਰਾਇੰਗ ਵਰਕਸ਼ਾਪ। ਇਟਸ ਵਾਸ ਲਾਰਜ ਸਕੇਲ ਵਰਕਸ਼ਾਪ, ਕਾਫੀ ਲੋਕ ਆਪਣੇ ਫੈਕਟਸ ਵੀ ਕਰ ਰਹੇ ਸੀ ਡਰਾਇੰਗਸ ਡਿਊਰਿੰਗ ਦਾ ਵਰਕਸ਼ਾਪ। ਅਤੇ ਉਸ ਵਿੱਚ ਬੇਸਿਕਲੀ ਇਹ ਸੀਗਾ ਕਿ ਇੱਕ ਆਰਟਿਸਟ ਆਪਣੇ ਕੰਮ 'ਤੇ ਰੀਡਰਾ ਵੀ ਕਰਵਾ ਸਕਦਾ ਕਿਸੇ ਹੋਰ ਆਰਟਿਸਟ ਤੋਂ, ਜਿਵੇਂ ਡਿਕੋਨਿੰਗ ਅਤੇ ਰੋਸ਼ਨਬਰਗ ਉਹਨਾਂ ਦਾ ਕੰਮ ਹੋਏ ਸੀ, ਇੱਕ ਦੂਜੇ ਦੇ ਕੰਮ ਇਰੇਜ਼ ਕੀਤੇ ਸੀਗੇ ਅਥੋਰਿਟੀ ਨੂੰ ਜਸਟ ਚੈਲੇਂਜ ਕਰਨ ਲਈ। ਅਤੇ ਉਹ ਇਨ ਦੀ ਐਂਡ ਪੂਰਾ ਹਾਲ ਭਰ ਗਿਆ ਸੀ, ਵਾਈਟ ਤੋਂ ਬਲੈਕ ਹੋ ਗਿਆ ਸੀ, ਇੰਨੀਆਂ ਡਰਾਇੰਗਸ ਹੋਈਆਂ। ਤਾਂ ਪਲੈਨ ਇਹ ਸੀਗਾ ਸੁੰਦਰਮ ਸਰ ਦਾ ਕਿ ਉਹਨਾਂ ਨੇ ਉਹਨਾਂ ਨੂੰ ਜਲਾਉਣਾ ਸੀ ਐਂਡ ਵਿੱਚ, ਜੋ ਇੰਟਰਮੀਡੀਏਟ ਨਾਈਟ ਸੀਗੀ 14 ਤੇ 15 ਦੀ। ਉਹਨਾਂ ਨੇ ਫਿਰ ਨਹਿਰੂ ਦੀ ਸਪੀਚ ਚਲਾਈ ਜਦੋਂ 15 ਅਗਸਤ ਚੜ੍ਹ ਗਈ, ਤਾਂ ਫਿਰ ਸਾਰੇ ਕੰਮ ਜਲਾ ਦਿੱਤੇ ਗਏ। ਬਟ ਇਨ ਦੀ ਐਂਡ ਉਸ ਨਾਲ ਉਹਨਾਂ ਨੇ ਇੱਕ ਉਹਨਾਂ ਦੀ ਵੀਡੀਓ ਡਾਕੂਮੈਂਟੇਸ਼ਨ ਕੀਤੀ ਸੀ, ਉਹ ਨਾਲ ਲੈ ਗਏ। ਅਥਾਰਟੀ ਫਿਰ ਵੀ ਰਹਿ ਗਈ ਜੋ ਉਹ ਚੈਲੇਂਜ ਕਰਨਾ ਚਾਹ ਰਹੇ ਸੀ, ਲਾਈਕ ਅਥਾਰਟੀ ਨਹੀਂ ਹੋਣੀ ਚਾਹੀਦੀ ਜਿਵੇਂ ਅਸੀਂ ਸਿਗਨੇਚਰਸ ਨੂੰ ਬ੍ਰੇਕ ਕਰ ਰਹੇ ਹਾਂ। ਬਟ ਵੀਡੀਓ ਆਪਣੇ ਆਪ ਵਿੱਚ ਇੱਕ ਕਨਵੈਨਸ਼ਨਲ ਫਾਰਮ ਆਫ ਆਰਟ ਵਰਕ ਐਸ ਦ ਟਾਈਮ 'ਚ, ਤਾਂ ਅਥਾਰਟੀ ਕਿਤੇ ਨਾ ਕਿਤੇ ਰਹਿ ਗਏ ਸੀ, ਅਤੇ ਇਸ ਲਈ ਬਹੁਤ ਬਹੁਤ ਔਖਾ ਹੁੰਦਾ ਕਈ ਵਾਰੀ। ਬਹੁਤ ਅਸੀਂ ਚੱਲਦੇ ਤਾਂ ਹਾਂ ਅਥਾਰਟੀ ਬ੍ਰੇਕ ਕਰਨ ਲਈ, ਬਟ ਇਹ ਜੋ ਕਨਵੈਨਸ਼ਨਲ ਫਾਰਮਸ ਹੀ ਬਣ ਚੁੱਕੀਆਂ ਨੇ ਵੀਡੀਓਜ਼, ਫੋਟੋਗ੍ਰਾਫੀ ਡਾਕੂਮੈਂਟੇਸ਼ਨਸ, ਤਾਂ ਇਕੁਅਲੀ ਰੈਲੀਵੈਂਟ ਨੇ ਐਸ ਦ ਟਾਈਮ 'ਚ। ਬਟ ਹਾਂ, ਉਹਨਾਂ ਦਾ ਇੰਪੈਕਟ ਉਨਾ ਨਹੀਂ ਪੈਂਦਾ ਜਿੰਨਾ ਅਸੀਂ ਅਸਲ ਕੰਮ ਨੂੰ ਦੇਖ ਕੇ ਹੀ ਕਹਿ ਸਕਦੇ ਹਾਂ ਪਏਗਾ। ਸੋ ਤੁਹਾਡੀ ਸਾਰੀ ਜਰਨੀ ਦੇ ਦੌਰਾਨ ਤੁਹਾਡੇ ਚਾਈਲਡਹੁੱਡ ਦੇ ਕੀ ਇੱਦਾਂ ਦੇ ਐਕਸਪੀਰੀਅੰਸਿਸ ਸੀਗੇ ਜਿਨ੍ਹਾਂ ਨੇ ਤੁਹਾਨੂੰ ਆਰਟ ਵਿੱਚ ਪੁਸ਼ ਕੀਤਾ, ਤੁਹਾਡੀ ਫੈਮਿਲੀ ਦੇ? ਮੇਰੇ ਫਾਦਰ ਸਾਹਿਬ ਸਭ ਤੋਂ ਪਹਿਲਾਂ, ਉਹ ਵੀ ਸੈਲਫ ਟੋਟ ਪੇਂਟਰ ਨੇ, ਲਵਲੀ। ਅਤੇ ਮੇਰੇ ਅੰਕਲ ਮਹਿੰਦਰ ਸਿੰਘ, ਉਹ ਵੀ ਕੁਰਡ ਪਿੰਡ ਤੋਂ ਨੇ, ਉਹਨਾਂ ਨੇ ਛਾਪੇ ਸਕੂਲ 'ਚ ਪੜ੍ਹਾਇਆ, ਬਟ ਹੀ ਵਾਜ਼ ਅ ਸਕਲਪਟਰ, ਸੈਲਫ ਟੋਟ ਸਕਲਪਟਰ। ਤਾਂ ਮੇਰੇ ਪਾਪਾ ਜੋ ਉਹਨੇ ਛੋਟੇ ਛੋਟੇ ਕਮਿਸ਼ਨਸ ਆਉਂਦੇ ਸਨ, ਉਹ ਬਹੁਤ ਛੋਟੀ ਤਸਵੀਰ ਤੋਂ ਵੀ ਬਣਾ ਦਿੰਦੇ ਸੀ, ਲਾਈਕ ਤੁਸੀਂ ਕਹੋ ਕਿ 2 ਸੈਂਟੀਮੀਟਰ ਦੀ ਕੁਛ, ਕਿਤੇ ਇੱਕ ਮੈਰਿਜ 'ਚ ਖੜ੍ਹੇ ਬੰਦੇ ਦੀ ਕੋਨੇ 'ਤੇ, ਕਹਿੰਦੇ ਇਹਨਾਂ ਦੀ ਤਸਵੀਰ ਬਣਾਉਣੀ ਹੈ। ਤਾਂ ਉਹ 2 ਜਾਂ 3 ਸੈਂਟੀਮੀਟਰ ਚੱਕ ਕੇ ਵੀ ਉਹਨਾਂ ਨੇ ਇੱਕ ਗ੍ਰਾਫ ਜਿਵੇਂ
ਐਕਰੀਲਿਕ ਸ਼ੀਟ 'ਤੇ ਗ੍ਰਾਫ ਪੱਕੇ ਬਣਾ ਕੇ ਉਹਨਾਂ ਨੂੰ ਉਸ 'ਤੇ ਫਿਕਸ ਕਰਕੇ ਉਹਨਾਂ ਨੇ ਉਹਨਾਂ ਤੋਂ ਵੀ ਕਨਵਰਟ ਕਰ ਕਰਕੇ ਬਹੁਤ ਅੱਛੀ ਪੇਂਟਿੰਗ ਬਣਾਈ ਆ। ਅਤੇ ਮੈਂ ਸ਼ੁਰੂ ਤੋਂ ਹੀ ਦੇਖ ਰਿਹਾ ਸੀ ਅਤੇ ਮੇਰੀ ਡਰਾਇੰਗ ਕਾਫੀ ਇੰਪਰੂਵ ਹੋਈ ਅਤੇ ਮੈਨੇ ਫਿਰ ਕਾਫੀ ਕੰਪੀਟੀਸ਼ਨ ਵਿੱਚ ਅਪਲਾਈ ਕੀਤਾ। ਜਿਵੇਂ ਪੰਜਾਬ 'ਚ ਸਾਰਿਆਂ ਦਾ ਇੰਪੈਕਟ ਹੁੰਦਾ ਨਾ, ਸੋਭਾ ਸਿੰਘ ਜੀ ਮੇਰੇ 'ਤੇ ਵੀ ਸੀਗਾ ਅਤੇ ਮੈਨੇ ਕਾਫੀ ਸਾਰੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਬਣਾਏ ਨੇ ਐਂਡ ਗੁਰੂ ਨਾਨਕ ਦੇਵ ਜੀ ਪੋਰਟਰੇਟਸ ਆਫ ਬੋਥ ਦਾ ਗੁਰੂਸ ਅਤੇ ਕਾਫੀ ਅਵਾਰਡ ਵੀ ਜਿੱਤੇ। ਅਤੇ ਐਜ਼ ਯੂਜੁਅਲ ਕਿ ਮੈਂ ਵੀ ਕਾਲਜ ਵਿੱਚ ਐਜ਼ ਏ ਪੇਂਟਰ ਹੀ ਆਉਣਾ ਚਾਹੁੰਦਾ ਸੀ ਇਨ ਦਾ ਪੇਂਟਿੰਗ ਸਟ੍ਰੀਮ, ਬਟ ਨਾਓ ਆਈ ਐਮ ਲੱਕੀ ਕਿ ਆਈ ਹੈਵ ਗੋਟ ਦਿਸ ਸਕਲਪਚਰ ਫੀਲਡ, ਆਈ ਐਮ ਇਨ ਟੂ 3D। ਅਤੇ ਉਹ ਤਾਂ ਚਲੋ ਅੱਛਾ ਲੱਗਿਆ, ਬਟ ਹਾਂ ਇੱਕ ਬੇਸਿਕ ਚੋਇਸ ਮੇਰੀ ਇਹ ਸੀ ਕਿ ਮੈਨੂੰ ਪੇਂਟਿੰਗ 'ਚ ਮਿਲ ਜਾਵੇ, ਪਰ ਚਲੋ ਅੱਛਾ ਹੋਇਆ ਜੋ ਮੈਨੂੰ ਸਕਲਪਚਰ ਮਿਲਿਆ। ਪਰ ਹਾਂ ਮੈਂ ਸ਼ੁਰੂ ਤੋਂ ਹੀ ਪੇਂਟਿੰਗ ਕੰਪਟੀਸ਼ਨ ਵਿੱਚ ਆਈ ਵਾਸ ਵੈਰੀ ਐਕਟਿਵ ਇਨ ਸਕੂਲ ਟਾਈਮਸ। ਮੈਂ ਕਾਫੀ ਸਟੇਟ ਲੈਵਲ 'ਤੇ ਵੀ ਅਵਾਰਡ ਜਿੱਤੇ ਨੇ। ਮੈਂ ਚੰਡੀਗੜ੍ਹ ਪਹਿਲਾਂ ਵੀ ਆਇਆ ਸੀ 2-3 ਵਾਰ ਸਟੇਟ ਕੰਪਟੀਸ਼ਨ ਲਈ, ਤਾਂ ਮੈਨੂੰ ਸਟੇਟ ਅਵਾਰਡ ਵੀ ਮਿਲੇ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਚੰਡੀਗੜ੍ਹ ਦਾ ਤਾਂ ਮੈਨੂੰ ਪਲੱਸ ਵਨ ਤੋਂ ਹੀ ਕਲੀਅਰ ਹੋ ਗਿਆ ਸੀ ਕਿ ਮੈਨੇ ਇੱਥੋਂ ਹੀ ਕਰਨਾ ਹੈ, ਕਿਉਂਕਿ ਪੰਜਾਬ 'ਚੋਂ ਸਭ ਤੋਂ ਅੱਛੀ ਆਪਸ਼ਨ ਤਾਂ ਚੰਡੀਗੜ੍ਹ ਹੀ ਹੈ ਨੇੜੇ। ਅਤੇ ਆਈ ਐਮ ਲੱਕੀ ਆਈ ਗੋਟ ਐਡਮਿਸ਼ਨ ਦਿਸ ਕਾਲਜ। ਹਾਂ ਮੇਰੇ ਫਾਦਰ ਸਾਹਿਬ ਨੇ ਕਾਫੀ ਹੈਲਪ ਕੀਤੀ ਇਸ ਲਈ, ਜਿਨ੍ਹਾਂ ਨੇ ਕਿਹਾ ਕਿ ਤੁਸੀਂ ਇੱਥੋਂ ਨਿਕਲੋ, ਪਟਿਆਲੇ ਤੋਂ ਨਿਕਲੋ, ਚੰਗੀ ਜਗ੍ਹਾ ਤੋਂ ਐਜੂਕੇਸ਼ਨ ਲਓ। ਅਤੇ ਉਸ ਚੀਜ਼ ਦਾ ਬਹੁਤ ਇੰਪੈਕਟ ਕਹਿਣਾ ਕਿ ਮੈਂ ਚੰਡੀਗੜ੍ਹ ਆਰਟ ਕਾਲਜ ਵਿੱਚ ਮੇਰੇ ਟੀਚਰਸ ਨੇ ਬਹੁਤ ਹੈਲਪ ਕੀਤੀ। ਜੇ ਮੈਂ ਚੰਡੀਗੜ੍ਹ ਨਾ ਆਉਂਦਾ ਤਾਂ ਮੈਂ ਸ਼ਾਇਦ ਬੜੌਦਾ ਵੀ ਨਾ ਪਹੁੰਚਦਾ। ਬਿਲਕੁਲ ਬਿਲਕੁਲ ਸਹੀ। ਤਾਂ ਫਸਟ ਸਟੈਪ ਆਪਣੇ ਜੋ ਇੰਸਟੀਟਿਊਸ਼ਨਸ ਹੁੰਦੇ ਨੇ, ਆਈ ਐਮ ਰੀਅਲੀ ਥੈਂਕਫੁਲ ਟੂ ਮਾਈ ਟੀਚਰਸ ਐਂਡ ਮਾਈ ਫਰੈਂਡਸ, ਥੈਂਕ ਯੂ ਪੇਰੈਂਟਸ। ਥੈਂਕ ਯੂ ਸੋ ਮੱਚ ਚਰਨਜੀਤ ਜੀ, ਇਹਨਾਂ ਨਾਲ ਗੱਲਬਾਤ ਕਰਕੇ ਨਵੇਂ ਪਹਿਲੂ ਖੁੱਲ੍ਹੇ, ਪਬਲਿਕ ਆਰਟ ਸਪੇਸਿਸ ਦੇ ਵਿੱਚ ਅਸੀਂ ਕਿਵੇਂ ਡੈਲਵ ਕਰ ਸਕਦੇ ਹਾਂ, ਕਨਵੈਨਸ਼ਨਸ ਨੂੰ ਕਿਵੇਂ ਬ੍ਰੇਕ ਕਰਨਾ, ਨਵੀਂ ਸੋਚ ਰੱਖ ਕੇ ਅੱਗੇ ਕਿਵੇਂ ਤੁਰਿਆ ਜਾ ਸਕਦਾ, ਐਂਡ ਹਾਊ ਇਟ ਬਿਕਮਸ ਇੰਪੋਰਟੈਂਟ ਕਿ ਆਪਾਂ ਆਪਣੇ ਜੋ ਆਸੇ ਪਾਸੇ ਦੇਖਦੇ ਹਾਂ ਉਹਦੇ ਉੱਤੇ ਕਿਵੇਂ ਕਮੈਂਟ ਕੀਤਾ ਜਾ ਸਕਦਾ ਆਰਟ ਦੇ ਨਾਲ। ਆਈ ਥੈਂਕ ਯੂ ਸੋ ਮੱਚ ਔਨ ਦਾ ਬਿਹਾਫ ਆਫ ਪੰਜਾਬ ਲਲਿਤ ਕਲਾ ਅਕੈਡਮੀ। ਥੈਂਕ ਯੂ ਚਰਨਜੀਤ। ਥੈਂਕ ਯੂ। ਆਈ ਆਲਸੋ ਵਾਂਟ ਟੂ ਥੈਂਕ ਪੰਜਾਬ ਲਲਿਤ ਕਲਾ ਅਕੈਡਮੀ ਫੋਰ ਇਨਵਾਈਟਿੰਗ ਮੀ ਫੋਰ ਦਿਸ ਟਾਕ ਸ਼ੋ ਐਂਡ ਆਈ ਗੇਵ ਮੀ ਦਿਸ ਚਾਂਸ ਟੂ ਸ਼ੇਅਰ ਮਾਈ ਥੋਟਸ ਟੂ ਯੂ ਆਲ। ਥੈਂਕ ਯੂ।